ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਨੇ ਜੀ ਹਫ਼ਤੇ ਦਾ, ਤੇ ਇਸ ਟਾਈਮ ਸਿਆਲਕੋਟ ਦੇ ਨਾਮਵਰ ਤੇ ਮਾਸ਼ਾਅੱਲਾ ਜੀ ਬ੍ਰੈਂਡ ਫਾਰਮਰ ਮਲਕ ਹਾਲਦ ਅਵਾਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ ਅਵਾਨ ਸਾਹਿਬ ਨੇ ਪਹਿਲੀ ਵੀਡੀਓ 'ਚ ਹੀ ਵੱਡਾ ਖੜਾ ਕੀਤਾ, ਦਿਲ ਹੁਸ਼ ਕੀਤਾ ਦੋਸਤਾਂ ਵਾਸਤੇ। ਚਾਰ ਟਾਪ ਕਲਾਸ ਆਲਾ ਨਸਲ ਦੀਆਂ ਸ਼ੋਕੀਆ ਗਾਵਾਂ, ਇਸ ਤੋਂ ਇਲਾਵਾ ਦੋ ਪਹਿਲਵਾਨ ਝੋਟੀਆਂ ਵੀ ਲੈ ਕੇ ਆਏ ਨੇ। ਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 28-30 ਲੀਟਰ ਮੌਜੂਦਾ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ। ਇਸ ਤੋਂ ਇਲਾਵਾ ਮਾਸ਼ਾਅੱਲਾ ਜੀ 48 ਲੀਟਰ ਰਿਕਾਰਡ ਵਾਲੀ ਗਾਂ ਵੀ ਮੌਜੂਦ ਹੈ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਸਾਰੇ ਦੋਸਤਾਂ ਕੇ ਗੁਜ਼ਾਰਿਸ਼ ਹੈ ਜੀ, ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ। ਮਲਕ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਮਲਕ ਸਾਹਿਬ, ਕੀ ਹਾਲ ਹੈ? ਠੀਕ ਹੋ? ਅਲਹਮਦੁਲਿਲਾ ਜੀ ਫਰਾਜ਼ ਬਾਈ, ਤੁਸੀਂ ਸੁਣਾਓ, ਠੀਕ ਠਾਕ ਹੋ? ਅੱਲਾ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਕਰਮ ਹੈ। ਅਵਾਨ ਸਾਹਿਬ ਸਭ ਤੋਂ ਪਹਿਲੇ ਮਾਜ਼ਰਤ ਚਾਹੁੰਦੇ ਹਾਂ ਅਤੇ ਦੂਸਰਾ ਸ਼ੁਕਰੀਆ ਵੀ ਅਦਾ ਕਰਨੇ ਹਾਂ ਕਿ ਮਾਸ਼ਾਅੱਲਾ ਜਨਾਬ ਦੇ ਡੇਰੇ 'ਤੇ ਆਏ ਹਾਂ। ਜਿੰਝ ਤੁਸੀਂ ਕਹਿ ਰਹੇ ਹੋ, ਸ਼ੌਕ ਦਾ ਪੂਰਾ ਕੀਤਾ, ਅੱਛੇ ਜਾਨਵਰ ਲੈ ਕੇ ਆਇਓ। ਸਭ ਤੋਂ ਪਹਿਲੇ ਦੋਸਤਾਂ ਨੂੰ ਆਪਣਾ ਅਤੇ ਆਪਣੇ ਡੇਰੇ ਦਾ ਮੁਕੰਮਲ ਤਾਰਫ ਕਰਵਾ ਦਿਓ। ਮੇਰਾ ਨਾਂ ਹੈ ਜੀ ਖਾਲਦ ਮਕਬੂਲ, ਸਾਡੇ ਪਿੰਡ ਦਾ ਨਾਂ ਭਗਵਾਲ ਅਵਾਨ, ਗੋਕਿਆਂ ਦੇ ਨਾਲ ਬਿਲਕੁਲ ਪਿੰਡ ਪੈਂਦਾ। ਅਤੇ ਬਾਕੀ ਫਰਾਜ਼ ਸਾਹਿਬ, ਅਸੀਂ ਅਲਹਮਦੁਲਿਲਾ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਕਿ ਜਿਹਨੇ ਆਪਣੇ ਅੱਡੇ ਕੀਮਤੀ ਟਾਈਮ ਦੇ ਵਿੱਚ ਸਾਨੂੰ ਟਾਈਮ ਦਿੱਤਾ। ਅਤੇ ਸਰਕਾਰ ਚਲੋ ਮਾਲ ਤਾਂ ਮਾਸ਼ਾ ਸਾਰੇ ਲੋਕ ਹੀ ਲਿਆਉਂਦੇ ਨੇ ਜੀ ਜੀ, ਅਤੇ ਅਲਹਮਦੁਲਿਲਾ ਇੱਕੋ ਜਿਹੀ ਬ੍ਰਾਂਡ ਅਤੇ ਇੱਕੋ ਜਿਹੀ ਸ਼ਾਇਦ ਕੋਈ ਚੰਦ ਲੋਕ ਹੀ ਲਿਆਉਂਦੇ ਹੋਣੇ ਨੇ। ਸਰ ਤੁਹਾਡੀ ਗੱਲ ਪੰਜਾਬ ਜੀ, ਤੁਹਾਡੇ ਸਾਹਮਣੇ ਅਲਹਮਦੁਲਿਲਾ 6 ਡੰਗਰ ਨੇ ਅਤੇ 6ਵੇਂ ਅਲਹਮਦੁਲਿਲਾ ਇੱਕ ਤੋਂ ਇੱਕ ਵੱਧ ਨੇ, ਅਤੇ ਇਕੱਠੇ ਕਰਨ ਨੂੰ ਸ਼ਾਮ ਨੂੰ ਵੀ ਇਕੱਠੇ ਘਾਹ ਛੱਡ ਦਿੰਦੇ, ਲੇਕਿਨ ਅਲਹਮਦੁਲਿਲਾ ਸਾਨੂੰ ਸ਼ੁਰੂ ਤੋਂ ਇੱਕੋ ਹੀ ਆਦਤ ਹੈ ਕਿ ਚੰਗਾ ਡੰਗਰ ਲਿਆਉਣਾ ਤਾਂ ਅਲਹਮਦੁਲਿਲਾ ਚੰਗਾ ਹੀ ਦੇਣਾ। ਜ਼ਿੰਦਾਬਾਦ, ਸ਼ੌਕੀਆ ਡੰਗਰ ਲਿਆਈਦਾ ਤਾਂ ਅਲਹਮਦੁਲਿਲਾ ਸ਼ੌਕ ਵਾਲੇ ਬੰਦੇ ਨੂੰ ਦੇਈਦਾ। ਮਾਸ਼ਾਅੱਲਾ ਜੀ, ਗਾਈਆਂ ਨੇ ਮਾਸ਼ਾਅੱਲਾ ਤੁਹਾਡੇ ਸਾਹਮਣੇ ਤੇ ਆਸ਼ਰਮ 40-48 ਲੀਟਰ ਵਾਲੀ ਮਾਸ਼ਾਅੱਲਾ ਗਾਈਆਂ ਨੇ ਕੋਲ ਜੀ ਜੀ, ਅਤੇ ਸਾਡੇ ਕੋਲ ਕੋਈ ਵੀ ਗਾਈ ਜਿਹੜੀ ਨੇ ਅਲਹਮਦੁਲਿਲਾ 30 ਲੀਟਰਾਂ ਤੋਂ ਥੱਲੇ ਕੋਲ ਨਹੀਂ, ਅਤੇ ਮਈਆਂ ਨੇ ਦੋ ਵੀ ਅਤੇ ਉਹ ਵੀ ਅਲਹਮਦੁਲਿਲਾ ਅੱਲਾ ਪਾ ਦਿਓ ਕਰਨਾ। ਤੁਹਾਨੂੰ ਵੀਡੀਓ 'ਚ ਸਾਰਾ ਕੁਝ ਇਨਸ਼ਾਅੱਲਾ ਦੱਸਾਂਗੇ ਕੀ ਉਹਨਾਂ ਦਾ ਡਾਟਾ ਅਤੇ ਕਿੰਨਾ ਕਿੰਨਾ ਮਾਸ਼ਾਅੱਲਾ ਦੁੱਧ ਕਰਦੀਆਂ ਨੇ ਪਈਆਂ। ਅੱਲਾ ਪਾ ਦਿਓ ਕੰਮ ਦੇ ਨਾਲ ਇਨਸ਼ਾਅੱਲਾ ਇਨਸ਼ਾਅੱਲਾ। ਮਲਕ ਸਾਹਿਬ, ਦੂਸਰਾ ਕੋਸ਼ਿਸ਼ ਕਰਨੀ ਹੈ ਕਿ ਚੰਗੀ ਚੀਜ਼ ਦਾ ਰੇਟ ਚੰਗਾ ਹੀ ਹੁੰਦਾ, ਜਿਹੜੇ ਦੋਸਤ ਸਮਝਦੇ ਨੇ ਉਹ ਵੀ ਜਾਣਦੇ ਨੇ ਇਸ ਚੀਜ਼ ਨੂੰ, ਫਿਰ ਵੀ ਕੋਸ਼ਿਸ਼ ਕਰਨੀ ਹੈ ਜਿੰਨਾ ਹੋ ਸਕਦਾ ਦੋਸਤਾਂ ਨੂੰ ਜਿਹੜੇ ਰੇਟ ਨੇ ਨਾ ਉਹ ਅੱਛੇ ਰੇਟ ਦੇਣੇ। ਮੈਂ ਕਹਿੰਦਾ ਫਰਾਜ਼ ਸਾਹਿਬ ਇਨਸ਼ਾਅੱਲਾ ਇੰਦਾ ਰੇਟ ਲਾਵਾਂਗੇ, ਅੱਲਾ ਪਾ ਦਿਓ ਕਹਣਾ ਕਿ ਜਿਹੜਾ ਇਨਸ਼ਾਅੱਲਾ ਜਿਹੜਾ ਭਰਾ ਕਾਲ ਕਰੇਗਾ ਨਾ ਨਾਲ ਹੀ ਆਖੇਗਾ ਇਨਸ਼ਾਅੱਲਾ ਠੀਕ ਹੈ ਫਾਈਨਲ ਹੈ ਭਾਅ ਜੀ ਸਾਡੀ। ਜ਼ਿੰਦਾਬਾਦ। ਹਾਂ, ਸਾਰੀਆਂ ਗਾਈਆਂ ਮਾਸ਼ਾ ਸਾਡੀਆਂ 30 ਤੂਤੇ ਨੇ, ਠੀਕ ਹੈ। ਜਿਹੜੀ ਵੱਡੀ ਗਾਂ ਸਾਡੇ ਕੋਲ ਅਲਹਮਦੁਲਿਲਾ ਪਿਛਲੇ ਸੂਬੇ ਉਹਦਾ 48 ਕਿਲੋ ਦਾ ਰਿਕਾਰਡ ਹੈ। ਮਾਸ਼ਾਅੱਲਾ ਜੀ। ਅਤੇ ਬਾਕੀ ਅਲਹਮਦੁਲਿਲਾ ਜਿੰਨੇ ਵੀ ਤੁਹਾਡੇ ਇੱਥੇ ਸ਼ੌਕੀਨੀ ਭਰਾ ਨੇ ਸਾਡੇ ਆਪਣੇ ਜਿਹੜੇ ਵਪਾਰੀ ਡੰਗਰ ਚੰਗਾ ਮਾਸ਼ਾ ਚਾੜਨ ਦੇ ਨੇ ਗਾਈਆਂ ਚੋਂ ਜੀ ਜੀ, ਉਹ ਤਕਰੀਬਨ ਅਲਹਮਦੁਲਿਲਾ ਸਾਡੀ ਡੇਰੀ 'ਚੋਂ ਮਾਲ ਲੈ ਕੇ ਗਏ ਹੁੰਦੇ ਨੇ। ਮਾਸ਼ਾਅੱਲਾ ਅਸੀਂ ਅਲਹਮਦੁਲਿਲਾ ਉਹਨਾਂ ਦੇ ਫਿਰ ਵੀ ਤਾਬੇਦਾਰ ਹਾਂ, ਉਹ ਭਰਾ ਸਾਡੇ ਚਲੋ ਮਾਸ਼ਾ ਸ਼ੌਕ ਨਾਲ ਡੰਗਰ ਖੜਦੇ ਨੇ ਅਤੇ ਅੱਗੋਂ ਚਲੋ ਮਾਸ਼ਾਅੱਲਾ ਸ਼ੌਕ ਨਾਲ ਹੀ ਅੱਗੋਂ ਵੇਚਦੇ ਨੇ। ਜਿੰਦਾਬਾਦ। ਅਲਹਮਦੁਲਿਲਾ ਸਿਆਲਕੋਟ ਦੇ ਵਿੱਚ 60-70 ਲੀਟਰ ਵਾਲੀ ਜਿਹੜੀ ਗਾਈ ਮੁਤਾਰਫ ਕਰਾਉਣ ਵਾਲੇ ਅਲਹਮਦੁਲਿਲਾ ਹੀ ਬੰਦੇ ਆ। ਮਾਸ਼ਾਅੱਲਾ। ਅਤੇ ਅੱਲਾ ਦੇ ਨਾਲ ਸਾਡੇ ਕੋਲ ਭਰਾ ਸ਼ੌਕੀਆ ਖੜਦੇ ਨੇ ਅਤੇ ਸ਼ੌਕ ਨਾਲ ਹੀ ਮਾਸ਼ਾਅੱਲਾ ਗੋਂ ਵੀ ਦਿੰਦੇ ਨੇ, ਅਸੀਂ ਉਹਨਾਂ ਦੇ ਮਾਸ਼ਾਅੱਲਾ ਸ਼ੌਕ ਦੇ ਗੁਜ਼ਾਰ। ਜ਼ਬਰਦਸਤ ਹੋ ਗਿਆ ਅਵਾਨ ਸਾਹਿਬ, ਕਰਾਈਏ ਸ਼ੌਕ। ਹਾਂ ਇਨਸ਼ਾਅੱਲਾ। ਲਓ ਭਾਈ ਯਾਰਾਂ ਨੂੰ ਨੰਬਰ 1 ਤੇ ਜਿਹੜੀ ਗਾਵਾਂ ਤੋਂ ਸ਼ੁਰੂ ਕਰ ਲਓ ਜੀ, ਇਹ ਜਿਹੜੀਆਂ ਗੱਬਨ ਬਾਜੂ ਚੱਕ ਕਰਾ ਲੈ ਪਹਿਲੇ, ਸੀਆ ਚੱਕ ਕਰਾ। ਹਰ ਇਹਨਾਂ ਦੀ ਅੱਲਾ ਹੈਰ ਕਰੇ, ਤੇ ਨਾਨੀ ਪੜਦਾਦੀ ਤੇ ਦਾਦਾ ਦਾਦੀ ਉਹ ਵੀ ਅਲਹਮਦੁਲਿਲਾ ਹਰ ਸ਼ੈ ਹੀ ਤੁਹਾਨੂੰ ਦੱਸਾਂਗੇ ਸਾਡੇ ਕੋਲ, ਕਿਉਂਕਿ ਤਕਰੀਬਨ ਘਰ ਦਾ ਮਾਲ ਹੁੰਦਾ। ਆ ਯਾਨੀ ਕਿ ਤੁਹਾਡੇ ਕੋਲ ਪੂਰਾ ਨਾ ਦਾ ਇੰਪੋਰਟ ਕਰਾਏ ਹੁੰਦੇ ਨੇ ਬਾਹਰੋਂ, ਠੀਕ ਹੈ। ਸਾਡੀ ਦੂਸਰੇ ਪਾਸੇ ਤੁਹਾਨੂੰ ਦੱਸਿਆ ਹਾਂ ਡੇਰੀ ਮਾਸ਼ਾ ਡਸਕੇ ਉੱਥੇ ਸਾਰਾ ਮਾਲ ਰੱਖਿਆ ਉਹ,
ਤੇ ਤੁਹਾਨੂੰ ਇਨਸ਼ਾਅੱਲਾ ਭਾਈ ਹਰੀ ਸਾਡੇ ਇੱਕ 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 ਸ਼ਾਇ ਇਨਸ਼ਾਅੱਲਾ ਅੱਲਾ ਦੇ ਨਾਮ ਨਾਲ ਦੱਸਾਂਗੇ ਠੀਕ ਹੈ ਮਲਕ ਸਾਹਿਬ ਨੇ ਵੀ ਜੀ ਮਲਕ ਸਵੀਨ ਸਾਹਿਬ ਇਹਨਾਂ ਦਾ ਨਾਮ ਠੀਕ ਹੈ ਮਲਕ ਸਾਹਿਬ ਕੀ ਹਾਲ ਹੈ ਠੀਕ ਹੈ ਇਨਸ਼ਾਅੱਲਾ ਹਰ ਨਸਲ ਵੀ ਦੱਸਾਂਗੇ ਤੇ ਅੱਲਾ ਪਾ ਦੇ ਕਨਾ ਨਾਲੇ ਜਾਨਵਰ ਦਾ ਜਿਹੜਾ ਨਾ ਸੁਭਾਅ ਵੀ ਤੁਹਾਨੂੰ ਇਨਸ਼ਾਅੱਲਾ ਦੱਸਾਂਗੇ ਯਾਨੀ ਕਿ ਤੁਹਾਡੇ ਕੋਲ ਜਾਨਵਰਾਂ ਦਾ ਮੁਕੰਮਲ ਬਾਇਓ ਡਾਟਾ ਵੇ ਐ ਨਹੀਂ ਕਿ ਤੁਸੀਂ ਕੱਲ ਲੈ ਕੇ ਆਏ ਤਾਂ ਅੱਜ ਵੀਡੀਓ ਚ ਪਾ ਲਏ ਨੇ ਜਾਨਵਰ ਦੀ ਪੂਰਾ ਕੈਟਲੌਗ ਮਿਲੇਗੀ ਉਹਦਾ ਪੰਫਲੇਟ ਦੇਾਂਗੇ ਇਹਦੇ ਚ ਸੇਮਨ ਦਾ ਔਰ ਇਹਦੇ ਪਿਓ ਦਾ ਨਾਂ ਬਕਾਇਦਾ ਇਹਦੀ ਮਾਂ ਦਾ ਨਾਂ ਹੋਏਗਾ ਔਰ ਇਹਦੀ ਮਾਂ ਦੇ ਰਿਕਾਰਡ ਯਾਨੀ ਕਿ ਓਰਿਜਨਲ ਮਾਸ਼ਾਅੱਲਾ ਜਿਹੜੀ ਬ੍ਰਾਂਡ ਹੈ ਨਾ ਜਿਹੜੀ ਸ਼ੈ ਕਿਦੋਂ ਦੀ ਚੱਲੀ ਹੈ ਵਿੱਚ ਕਿੰਨਾ ਕ੍ਰਾਸ ਵੱਜਾ ਉਹ ਵੀ ਇਨਸ਼ਾਅੱਲਾ ਬਕਾਇਦਾ ਅਸੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਜਿੰਦਾਬਾਦ ਮਲਕ ਸਾਹਿਬ ਹੁਣ ਤੁਸੀਂ ਸਾਡਾ ਸਾਥ ਦੇਣਾ ਮਲਕ ਸਾਹਿਬ ਨੇ ਤਾਰਫ ਕਰਵਾ ਦਿੱਤਾ ਡੇਰੀ ਦਾ ਅੱਗੇ ਪਿੱਛੇ ਮਾਸ਼ਾਅੱਲਾ ਜੀ ਪਿਆਰੇ ਭਾਈ ਇੱਥੇ ਜ਼ਰਾ ਸਿੱਧੀ ਕਰੋ ਲੋ ਦੋਸਤੋ ਨੰਬਰ 1 ਤੇ ਆ ਗਈ ਇੱਥੇ ਭਾਈ ਸਿੱਧੀ ਕਰਨੀ ਹੈ ਹਾਈਟ ਦੀ ਵੇਖ ਲੈਣੀ ਹੈ ਵੀ ਮੁੰਨੀ ਹੈ ਤੇ ਮਾਸ਼ਾਅੱਲਾ ਜੀ ਕਿਹੇ ਕਿਹੇ ਵੀਡੀਓ 'ਚ ਇਹੋ ਜਿਹਾ ਜਾਨਵਰ ਸ਼ਾਮਲ ਹੁੰਦਾ ਪੂਰੀ ਕਾਦਾਵਰ ਚੀਜ਼ ਆ ਚੈੱਕ ਕਰੋ ਜੀ ਕਾਫੀ ਕਦਮ ਪਿੱਛੇ ਹੋਇਆ ਫਿਰ ਕੈਮਰੇ 'ਚ ਮੁਕੰਮਲ ਨਜ਼ਰ ਆ ਰਹੀ ਹੈ ਲਿਬਾਸ ਵੀ ਸੋਹਣਾ ਕੀਤਾ ਆਰਡਰ ਕੁਆਲਿਟੀ ਚੈੱਕ ਕਰ ਲੈਣੀ ਹੈ ਅਵਾਨ ਸਾਹਿਬ ਸੂਈ ਹੈਗੀ ਆ ਜੀ ਆ ਸੂਈ ਜੀ ਕਿੰਨਵਾਂ ਸੂਆ ਸੂਈ ਹੈ ਇਹ ਪਹਿਲਾ ਸੂਆ ਹੀ ਸੂਈ ਜੀ ਪਹਿਲਾਂ ਨੇ ਮਾਸ਼ਾਅੱਲਾ ਜੀ ਪਹਿਲਾਂ ਨੇ ਤੇ ਕਿੰਨੇ ਦੰਦ ਆ ਇਹ ਮੂੰਹ 6 ਦੰਦ ਹੋਣੀ ਛਿੱਗੀ ਹੈ ਲੋਏ ਦੋਸਤੋ ਪਹਿਲਨ ਦੋਸਤ ਵੇਖਦੇ ਵੀ ਨੇ ਅਸੀਂ ਵੀ ਵੇਖਨੇ ਆ ਲੇਕਿਨ ਮਾਸ਼ਾਅੱਲਾ ਜੀ ਇਹੋ ਜੀ ਪਹਿਲਨ ਮੇਰੇ ਹਾਲ ਨਾਲ ਅਸੀਂ ਵੀ ਪਹਿਲੇ ਨਹੀਂ ਵੇਖੀ ਛਿੱਗੀ ਹੈ ਤੇ ਥਣ ਵੇਖਣੇ ਨੇ ਮਾਸ਼ਾਅੱਲਾ ਜੀ ਸੋਹਣੇ ਲੱਗੇ ਨੇ ਪਾਵਰਫੁਲ ਆਰਡਰ ਕੁਆਲਿਟੀ ਚੈੱਕ ਕਰ ਲੈਣੀ ਹੈ ਪਹਿਲਨ ਟੋਰੇ ਭਾਈ ਜਾਨ ਅਵਾਨ ਸਾਹਿਬ ਕਿਦਾਂ ਦੀ ਸੂਈ ਹੈ ਇਹਨੂੰ ਤਕਰੀਬਨ ਅੱਜ ਤੱਕ 15-16 ਦਿਨ ਹੋ ਗਏ ਇਹ ਤੁਸੀਂ ਸਾਡੇ ਨਜ਼ਦੀਕ ਆ ਇਹਨਾਂ ਨਾਲ ਟੁਰੀ ਹੋਣਾ ਇਹ 15-20 ਦਿਨ ਹੋ ਗਏ ਨੇ ਸੂਆ ਪਹਿਲਾਂ ਸੂਈ ਹੈ ਮਾਸ਼ਾਅੱਲਾ ਜੀ ਦੁੱਧ ਕਿੰਨਾ ਦੇ ਰਹੀ ਹੈ ਦੁੱਧ ਹੈ ਅਸਲ ਵਿੱਚ 26 ਲੀਟਰ ਹੈ ਜੀ ਇਹ ਦੋਵਾਂ ਟਾਈਮਾਂ ਦਾ ਟੋਟਲ ਜਾਂ ਬੱਚੇ ਨੂੰ ਪਿਲਾ ਕੇ ਬੱਚੇ ਨੂੰ ਪਿਆ ਕੇ ਇਹ ਜਿਹੜਾ ਤੁਸੀਂ ਦੁੱਧ ਸੋਦੇ ਜਿਹੜਾ ਦੁੱਧ ਅਸੀਂ ਦੱਸ ਰਹੇ ਹਾਂ ਹਾਜ਼ਰ ਮੌਕੇ 'ਚ ਉਹ ਦੁੱਧ ਦੱਸ ਲੈ ਇਹ ਜਿਹੜਾ 26-27 ਲੀਟਰ ਕਹਿੰਦੇ ਹੋ ਪੀ ਠੰਡਾ ਕਰਕੇ ਜਿਹਨੂੰ ਕਹਿੰਦੇ ਨੇ ਠੀਕ ਹੈ ਯਾਨੀ ਕਿ ਬੱਚੇ ਨੂੰ ਪਿਲਾ ਕੇ ਜੀ ਠੀਕ ਹੈ ਲੋਏ ਦੋਸਤੋ ਇਹ ਭਾਈ ਇਹਨੂੰ ਜਾਤ ਲਾਈਓ ਜੀ ਇਹ ਜਿਹੜਾ ਚਵਾਈ ਦਾ ਯਾਨੀ ਕਿ ਬੱਚੇ ਨੂੰ ਪਿਲਾ ਕੇ 26-27 ਲੀਟਰ ਪਹਿਲਨ ਨਸਲ ਕੀ ਹੈ ਵਾਨ ਸਾਹਿਬ ਜੀ ਨਸਲ ਹੈ USA ਦਾ ਸੇਮਨ ਜੀ ਅੱਛਾ USA ਦਾ ਸੇਮਨ ਜੀ ਠੀਕ ਹੈ ਤਾਂ ਕੋਈ ਨਾਮ ਹੈ ਜੀ ਨਹੀਂ USA ਦੀ USA ਬੇਸਿਕਲੀ ਜਿਹੜਾ ਨਾ ਬਰੀਡ ਹੈ ਯਾਨੀ ਕਿ ਸੇਮਨ ਦਾ ਨਾਮ ਹੈ ਦਾ ਆਊਟਸਾਈਡਰ ਸੇਮਨ ਸੀ ਸਾਡੇ ਕੋਲ ਠੀਕ ਹੈ ਔਰ ਮਾਸ਼ਾਅੱਲਾ ਉਹਦੀਆਂ ਜਿੰਨੀਆਂ ਵੀ ਬੱਚੀਆਂ ਆਈਆਂ ਨੇ ਅੱਛੀ ਕੁਆਲਿਟੀ ਦੀਆਂ ਠੀਕ ਹੈ ਉਹ ਸਾਰੀਆਂ ਨੇ ਜਿਹੜਾ 30 ਪਲੱਸ ਹੀ ਕੀਤਾ ਜਿੰਦਾਬਾਦ ਪਿੱਛੇ ਜਾ ਕੇ ਬੱਚਾ ਸੂ ਪਿੱਛੇ ਬੱਚਾ ਲੋਏ ਦੋਸਤੋ ਪਿੱਛੇ ਤੇ ਬੱਚਾ ਨਾੜੂ ਸਾਹਮਣੇ ਨਜ਼ਰ ਆ ਰਿਹਾ ਮਾਸ਼ਾਅੱਲਾ ਜੀ ਟੋਰੇ ਭਾਈ ਜਾਨ ਫਰਾਜ਼ ਭਾਈ ਇਹ ਮਾਸ਼ਾਅੱਲਾ ਪਹਿਲੇ ਸੂਏ ਬੱਚੀ ਏ ਜੀ ਜੀ ਅੱਲਾ ਪਾ ਦੇ ਕੋ ਨਾ ਇਨਸ਼ਾਅੱਲਾ ਜੀ ਦੂਸਰੇ ਸੂਏ ਵੈੜ ਦੇ ਮਨ ਲੱਗਣਾ ਨਾ ਤੇ ਅੱਲਾ ਦੇ ਕੋ ਨਾ ਇਨਸ਼ਾਅੱਲਾ ਕੋਲੇ ਰੋਲੇ ਪਵਾ ਰਹੇਗੀ ਅਨੀ ਮਾਸ਼ਾਅੱਲਾ ਰੋਲਾ ਤੂੰ ਪਹਿਲੇ ਸੂਏ ਹੋ ਗਏ ਅਲਹਮਦੁਲਿਲਾ ਗੱਲ ਸੁਣੋ ਮੇਰੀ 27-28 ਕਿਲੋ ਦੁੱਧ ਕਰਨਾ ਕਿਸੇ ਗਾਂ ਦਾ ਕੰਮ ਨਹੀਂ ਹੁੰਦਾ ਅੱਡੇ ਛੇਤੀ ਜੀ ਜੀ ਜਾਨਵਰ ਦੀ ਜਿਹੜੀ ਚੱਡਾ ਕਸਵਾ ਰਵੇ ਲੈਫਟ ਅੱਛੀ ਰਹੇ ਜਾਨਵਰ ਦੀ ਯਾਨੀ ਕਿ ਲਟਕਿਆ ਨਾ ਹੋਏ ਢਿਲਕਿਆ ਨਾ ਹੋਏ ਕਿਉਂਕਿ ਜਿਸ ਜਾਨਵਰ ਦਾ ਸ਼ਰਾਫਤ ਵੀ ਵੇਖ ਲਓ ਮਾਸ਼ਾਅੱਲਾ ਜੀ ਤੇ ਅਲਹਮਦੁਲਿਲਾ ਸਾਰੀਆਂ ਜੋ ਹੁੰਦੀਆਂ ਅੱਲਾ ਪਾ ਦੇ ਕੁੰਦਰਾ ਜਿੰਦਾਬਾਦ ਇਹਨਾਂ ਨੂੰ ਕਹਿੰਦੇ ਨੇ ਅਲਹਮਦੁਲਿਲਾ ਨਸਲਾਂ ਕੀ ਹਾਲ ਜੀ ਬਿਲਕੁਲ ਜੀ ਅੱਲਾ ਪਾ ਦੇ ਰਹਿਮਤ ਨਾਲ ਚੱਡਾ ਕਸਵਾ ਹੋਏਗਾ ਨਾ ਉਹ ਹੀ ਜੇ ਨਾ ਦੂਸਰੇ ਤੀਸਰੇ ਸੂਬੇ ਚੌਥੇ ਸੂਬੇ ਦੇ ਵਿੱਚ ਇੰਜੀ ਲੱਗੇਗਾ ਜਿਵੇਂ ਬਿਲਕੁਲ ਪਹਿਲਾਂ ਨੇ ਜ਼ਬਰਦਸਤ ਦੂਸਰੇ ਨੰਬਰ ਤੇ ਉਹਨੂੰ ਇਹ ਜਿਹੜੀ ਲੇਮਨੈਸ ਹੁੰਦੀ ਹੈ ਨਾ ਪੈਰਾਂ ਦੀ ਜਿਹੜੀ ਪ੍ਰੋਬਲਮ ਬਣਦੀ ਜਾਨਵਰ ਨੂੰ ਸਾਰੀ ਗੱਲ ਚੱਡਿਆ ਗਿੱਟਿਆਂ ਨੂੰ ਥੱਲੇ ਚਲਾ ਜਾਏ ਨਾ ਜਾਨਵਰ ਪੈਰਾਂ ਦੀ ਪ੍ਰੋਬਲਮ ਕਰ ਲੈਂਦਾ ਜਿਹਦਾ ਦੁੱਧ 40 ਪਲੱਸ ਹੋ ਜਾਂਦਾ ਨਾ ਉਸ ਜਾਨਵਰ ਨੂੰ ਅਕਸਰ ਜਿਹੜੀਆਂ ਲੇਮਨੈਸ ਆ ਜਾਂਦੀ ਹੈ ਮੇਰੇ ਦੋਸਤ ਅਹਿਬਾਬ ਜਿਹੜੇ ਨੇ ਫਾਰਮਰ ਉਹ ਇਸ ਗੱਲ ਨੂੰ ਸਮਝਣਗੇ ਉਹਨਾਂ ਨੂੰ ਲੇਮਨੈਸ ਦਾ ਬੜਾ ਡੀਪਲੀ ਜੇ ਨਾ ਇਲਮ ਹੋਏਗਾ ਲੇਕਿਨ ਇਹ ਕਿ ਜਿਸ ਜਾਨਵਰ ਦੀ ਜਿਹੜੀ ਕਲੈਫਟ ਅੱਛੀ ਹੋਏ ਉਸ ਜਾਨਵਰ ਨੂੰ ਲੇਮਨੈਸ ਨਹੀਂ ਆਉਂਦੀ ਠੀਕ ਫਰਾਂਸਾ ਦੁੱਧ ਲੈਣ ਨੂੰ ਅਲਹਮਦੁਲਿਲਾ ਕੋਲ ਇਸ ਟਾਈਮ ਵੀ 35 ਲੀਟਰ ਲਈ ਲਈਦਾ ਠੀਕ ਹੈ ਲੇਕਿਨ ਅਲਹਮਦੁਲਿਲਾ ਅਸੀਂ ਅੱਗੋਂ ਵੀ ਅੱਲਾ ਪਾ ਖੈਰ ਕਰੇ ਇਨਸ਼ਾਅੱਲਾ ਫਿਰ ਮੰਨ ਲਵਾਉਣੀ ਹੁੰਦੀ ਨੇ ਵੈੜੀਆਂ ਜੇ ਭਰਾ ਕੋਲ ਲਿਆਈਏਗਾ ਨਾ
ਜਿਹੜਾ ਮੌਜੂਦਾ ਚਵਾਈ ਚਵਾਈ ਦਾ 26-27 ਲੀਟਰ ਦੁੱਧ ਹੈ। ਠੀਕ ਹੈ ਪਿਆਰੇ ਭਾਈ, ਲੈ ਚਲੋ ਅਗੂ ਲੈ ਆਵੋ ਜੀ ਨੰਬਰ 2 ਵਾਲੀ ਥਾਂ। ਸੋਹਣੇ ਲੱਗੇ ਨੇ, ਸ਼ਰਾਫਤ ਵੀ ਦੋਸਤਾਂ ਨੇ ਕਰਾ ਦਿੱਤੀ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ। ਤੇ ਇਹ ਹੁੰਦੇ ਨੇ ਜੀ ਸ਼ੋਕਿਆ ਜਾਨਵਰ ਜੀ। ਮਲਕ ਸਾਹਿਬ ਇਹ ਵੈੜ ਨੰਬਰ 1 ਦਾ ਰੇਟ ਭਾਜੀ ਮੁੱਲ ਤੇ ਦਾ ਜੇ ਹੈ ਨਾ 6.5 ਲੱਖ ਰੁਪਏ ਮੰਗਣੇ ਅਸੀਂ। ਤੇ ਜੇ ਅਗਰ ਕਿਸੇ ਭਾਈ ਨੂੰ ਪਸੰਦ ਆਈਏ ਤੇ ਫਾਈਨਲ ਜਿਹੜੀ ਹੈ ਨਾ ਜਿਹਦੇ ਚੋਂ ਕਮੀ ਪੇਸ਼ੀ ਨਹੀਂ ਹੋਣੀ 5.5 ਦੀ ਦੇ ਦਿਆਂਗੇ ਜੀ। ਜ਼ਬਰਦਸਤ ਹੋ ਗਿਆ। ਦੂਸਰਾ ਜਿਹੜਾ ਦੋਸਤ ਵੇਖਦੇ ਨੇ ਪਏ ਮੈਂ ਉਹਨਾਂ ਦੀ ਤਲਾਬ ਵਾਸਤੇ ਭਾਈਰਾਂ ਰੇਟ ਜਿਹੜਾ ਦੱਸਿਆ ਉਹ ਹੀ ਲਾ ਰਹੇ ਹਨ, ਲੇਕਿਨ ਉਹਨਾਂ ਨੂੰ ਦੱਸਿਆ ਕਿ ਰੇਟ ਫਾਈਨਲ ਲਾਣਾ। ਜਾਨਵਰ 6 ਨੇ ਦੋਸਤ, ਹੋਰ ਵੀ ਵੇਖਦੇ ਨੇ ਮਾਸ਼ਾਅੱਲਾ ਜੀ। ਕੀਮਤ ਦੀ 5.5 ਨਾਲ ਡੰਗਰ ਵਾਲਾ ਹੁੰਦਾ, ਸਾਨੂੰ ਪਤਾ ਲੋਕੀ ਗੱਲ ਸੁਣੋ ਮਾਸ਼ਾਅੱਲਾ 10-10 ਲੱਖ ਰੁਪਇਆ ਕੀਮਤ ਕਰਦੇ ਪਏ ਸਰਗੋਧੀ ਨੂੰ ਜਾ ਕੇ ਲਿਆਉਣ ਦੇ ਨੇ। ਕੀ ਹਾਲ ਜੇ ਪਹਿਲਾਂ ਬੱਚਿਆਂ ਤੇ ਲਾਉਂਦਾ 30-30 ਸਿਰ ਦੁੱਧ ਪਾ ਕੇ ਜੀ ਜੀ ਤੇ ਅਸੀਂ ਅਲਹਮਦੁਲਿਲਾ ਇਹਨਾਂ ਦੇ ਉਹ ਲਈ ਲੈਣੇ ਨੇ ਜਿਹੜੇ ਅੱਲਾ ਪਾ ਦੇ ਹੁਕਮ ਨਾਲ ਲੱਗਣਾ ਭਰਾ ਕੋ ਖੜੇਗਾ ਵੀ ਨਾ ਤੇ ਕਿਤੇ ਆਖੇਗਾ ਇਨਸ਼ਾਅੱਲਾ ਖਲੋ ਕੇ ਕਿ ਯਾਰ ਕਿਤੇ ਡੰਗਰ ਲਿਆਂਦਾ ਤੇ ਕਿਸੇ ਬੰਦੇ ਦੇ ਪੁੱਤਰ ਕੋ ਲਿਆਂਦਾ। ਜ਼ਿੰਦਾਬਾਦ। ਹਾਂ ਬਾਕੀ ਅੱਲਾ ਖੈਰ ਕਰੇ ਇਨਸ਼ਾਅੱਲਾ। ਸਾਹਿਬ ਜਿਹੜਾ ਰੇਟ ਹੈ ਯਾਨੀ ਕਿ ਫਾਈਨਲ ਹੈ, ਕੋਈ ਮਾਮੂਲੀ ਜਿਹਾ ਪਿਆਰ ਮੁਹੱਬਤ ਦਾ ਫੇਰ ਵੀ ਦੋਸਤਾਂ ਨਾਲ ਤਕਰੀਬਨ ਫਾਈਨਲ ਹੀ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਆਏਗਾ ਤਾਂ ਜ਼ਰੂਰ ਇਨਸ਼ਾਅੱਲਾ ਕਰਾ। ਜ਼ਿੰਦਾਬਾਦ। ਲੋ ਇਹ ਦੋਸਤੋ ਨੰਬਰ 1 ਤੇ ਚੈੱਕ ਕਰਾਈਏ ਕੀਮਤ ਡਿਮਾਂਡ 5.5 ਲੱਖ ਪਹਿਲਨ ਵੈਟ ਸੀ ਮਾਸ਼ਾਅੱਲਾ ਜੀ। ਅੱਗੇ ਆ ਗਈ ਜੀ ਨੰਬਰ 2 ਤੇ, ਹਾਈਟ ਦੋਸਤਾਂ ਦੀ ਵੇਖ ਲੈਣੀ, ਪ੍ਰਿੰਟ ਚੈੱਕ ਕਰਨਾ ਪਿਆਰੇ ਭਾਈ। ਇੱਥੇ ਜ਼ਰਾ ਸਿੱਧੀ ਕਰਕੇ ਖਿਲਾਰੋ ਜੀ। ਅਵਾਨ ਸਾਹਿਬ ਵੀ ਸੂਈ ਹੈ ਜੀ। ਲਿਬਾਸ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ, ਨਫਾਸਤ ਚੈੱਕ ਕਰਨੀ। ਅਵਾਨ ਸਾਹਿਬ ਕਿੱਦਾਂ ਦੀ ਸੂਈ ਹੈ? ਇਹਨੂੰ ਤਕਰੀਬਨ ਅੱਜ ਇਹ ਵੀ 15-16 ਦਿਨ ਹੋ ਗਏ। 15-16 ਦਿਨ ਹੋ ਗਏ ਨਾ ਮਾਸ਼ਾਅੱਲਾ ਜੀ। ਦੁੱਧ ਕਿੰਨਾ ਦੇ ਰਹੀ ਹੈ? ਲੋ ਜੀ ਦੋਸਤੋ 30 ਲੀਟਰ ਤੋਂ ਇਜ਼ਾਫੀ ਹੈ ਮਾਸ਼ਾਅੱਲਾ ਜੀ। ਸੁਆਹ ਦੂਸਰਾ ਭਾਈ ਉਧਰ ਨੂੰ ਤੋਰਿਓ ਜਰਾ। 15-16 ਦਿਨ ਹੋ ਗਏ ਨੇ ਵੈੜ ਨੰਬਰ 2 ਸੁਆ ਵੀ ਦੂਸਰਾ ਮਾਸ਼ਾਅੱਲਾ ਜੀ। ਆਰਡਰ ਕੁਆਲਿਟੀ ਦੀ ਚੈੱਕ ਕਰਨੀ ਹੈ। ਤੋਰੋ ਭਾਈ ਹਲਕਾ ਜਿਹਾ ਚੱਕਰ ਲਵਾ ਕੇ ਲਿਆਓ। ਅਵਾਨ ਸਾਹਿਬ ਨਸਲ ਕੀ ਹੈ ਜੀ? ਨਸਲ ਹੈ ਜਰਸੀ ਫਰੀਜ਼ੀਅਨ ਕ੍ਰਾਸ। ਜਰਸੀ ਤੇ ਫਰੀਜ਼ੀਅਨ ਕ੍ਰਾਸ ਮਾਂ ਜਿਹੜੀ ਹੈ ਜਰਸੀ ਸੀ ਇਹ ਅਗੂ ਫਰੀਜ਼ੀਅਨ ਸੀ ਮਨ ਕੋਲ। ਠੀਕ ਹੈ, ਯਾਨੀ ਕਿ ਜਰਸੀ ਤੇ ਫਰੀਜ਼ੀਅਨ ਦਾ ਕ੍ਰਾਸ ਲਿਆਓ ਪਿਆਰੇ ਭਾਈ। ਸੁਆ ਦੂਸਰਾ ਸੂਈ ਹੈ ਤੇ ਜਿਹੜਾ ਮੌਜੂਦਾ ਦੁੱਧ ਹੈ 30 ਲੀਟਰ ਤੋਂ ਜ਼ਿਆਦਾ ਚੁਆਈ ਚੁਆਈ ਦਾ ਮਾਂ ਇਹਦੀ 40 ਪਲੱਸ ਕਰਦੀ ਰਹੀ ਹੈ ਸਾਡੇ ਕੋ ਫਾਰਮ ਤੇ। ਠੀਕ ਹੈ ਮਾਸ਼ਾਅੱਲਾ ਜੀ ਭਾਈ, ਜਾਤ ਲਾਈਓ ਜੀ। ਲੋਏ ਦੋਸਤੋ ਥਾਣ ਫੇਰ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ। ਸੁਆ ਦੂਸਰਾ ਜਰਸੀ ਤੇ ਫਰੀਜ਼ੀਅਨ ਇਹ ਬੱਚਾ ਦੇ ਮਗਰ ਵੀ ਜੀ ਇਹਦੇ ਮਗਰ। ਠੀਕ ਹੈ ਭਾਈ, ਅੱਗੇ ਕਰੋ ਜ਼ਰਾ। ਇਹ ਜਿਹੜਾ ਬੈਠਾ ਆ ਵੀ ਨਹੀਂ ਇਹਦੇ ਮਗਰ ਬੱਚਾ ਹੈ। ਇਹ ਬੱਚਾ ਮਾਸ਼ਾਅੱਲਾ ਜੀ ਜਿਹੜਾ ਸਾਹਮਣੇ ਨਜ਼ਰ ਆ ਰਿਹਾ, ਆਪਣੀ ਇਹਦੀ ਨਸਲ ਜਰਸੀ ਤੇ ਫਰੀਜ਼ੀਅਨ। ਭਾਈ ਉੱਥੇ ਜ਼ਰਾ ਸਿੱਧੀ ਕਰਕੇ ਖਿਲਾਰੋ ਜੀ। ਵੈੜ ਨੰਬਰ 2 ਫਰਾ ਸਾਹਿਬ ਵੀਡੀਓ ਜਦੋਂ ਮਾਸ਼ਾ ਜਾਨਵਰ ਜੋ ਨਜ਼ਰ ਆਉਂਦੇ ਹੀ ਆਉਂਦੇ ਨੇ ਅੱਲਾ ਪਾ ਦੇ ਕਰਨਾ ਜੇ ਇੱਕ ਭਰਾ ਸਾਡਾ ਇੱਥੇ ਆ ਕੇ ਵੇਖੇਗਾ ਨਾ ਬਹੁਤ ਹੀ ਚਾਸਾ ਡੰਗਰ ਨਹੀਂ ਛੱਡ ਕੇ ਚੱਲਾ ਇਨਸ਼ਾਅੱਲਾ। ਅੱਲਾ ਦੇ ਨਾਲ ਪੂਰੇ ਸ਼ੌਕੀਆ ਡੰਗਰ ਨੇ। ਬਿਲਕੁਲ ਜੀ ਸਰ, ਮੈਂ ਅੱਗੇ ਵੀ ਜ਼ਿਕਰ ਕੀਤਾ, ਮੈਂ ਪਿੱਛੇ ਹੋਣਾ ਕਾਫੀ ਤੇ ਫਿਰ ਕੈਮਰੇ 'ਚ ਜਾਨਵਰ ਪੂਰਾ ਨਜ਼ਰ ਆਉਂਦਾ। ਕੀ ਵਜ੍ਹਾ ਕਿ ਜਾਨਵਰ ਦਾ ਜਿਹੜਾ ਹਾਈਟ ਉਹ ਜ਼ਿਆਦਾ, ਲਾਮ ਚੰਗੀ ਆ। ਅਸੀਂ ਇਹਨਾਂ ਦੀ ਅਲਹਮਦੁਲਿਲਾ ਤਿੰਨਾਂ ਤਿੰਨਾਂ ਚੁਆਈਆਂ ਤੇ ਜਿਹੜਾ ਨਾ ਗਾ ਸੁਣੋ, ਮੇਰੀ ਅਲਹਮਦੁਲਿਲਾ 30+ ਦਾ ਦੁੱਧ ਹਥਵਾਉਣ ਦੇਣਾ ਚਵੀਆਂ ਕਹਿਣਿਆ 'ਚ ਇਨਸ਼ਾਅੱਲਾ। ਠੀਕ ਹੈ, ਦੁੱਧ ਅਲਹਮਦੁਲਿਲਾ ਇਸ ਟਾਈਮ 33-34 ਕਿਲੋ ਹੈ, ਲੇਕਿਨ ਆਹ 30 ਕਿਉਂ ਆਖਿਆ? ਤਾਂ ਕਿ ਭਰਾ ਆਏ 2-4 ਕਿਲੋ ਮਾਸ਼ਾਅੱਲਾ ਵੱਧ ਹੀ ਲੈ ਕੇ ਜਾਏ। ਜ਼ਿੰਦਾਬਾਦ। ਥੱਲੇ ਨਾ ਰਹੇ ਅਲਹਮਦੁਲਿਲਾ ਦੁੱਧ ਮਾਸ਼ਾਅੱਲਾ। ਹਾਂ ਤੇ ਬਾਕੀ ਮਾਸ਼ਾਅੱਲਾ ਨਫਾਸਤ ਵੀ ਇਹਨਾਂ ਦੀ ਚੈੱਕ ਕਰ ਲਓ, ਅਲਹਮਦੁਲਿਲਾ ਜੋ ਹੈ ਨਾ ਤੁਹਾਡੇ ਸਾਹਮਣੇ ਜੇ ਵੇਖ ਲਓ। ਨਫਾਸਤ ਵੀ ਚੈੱਕ ਕਰਨੀ। ਠੀਕ ਹੈ ਜੀ, ਵੰਡ ਵੇਖ ਲੈਣੀ ਮਾਸ਼ਾਅੱਲਾ। ਹਾਂ, ਪੂਰੇ ਮਾਸ਼ਾਅੱਲਾ ਮੁੱਠੀ ਭਰ ਥਾਨੇ ਅਲਹਮਦੁਲਿਲਾ, ਅੱਲਾ ਪਾ ਖੈਰ ਕਰੇ। 3 ਲੀਟਰ ਤੋਂ ਜ਼ਿਆਦਾ ਜਰਸੀ ਤੇ ਫਰੀਜ਼ੀਅਨ ਮਾਸ਼ਾਅੱਲਾ। ਪਿਆਰੇ ਭਾਈ ਇਹਦਾ ਚਿਹਰਾ ਵੀ ਚੈੱਕ ਕਰਾ ਦਿਓ। ਇਹ ਵੀ ਮੋਨੀ ਚਿਹਰਾ ਦੋਸਤਾਂ ਵੇਖ ਲੈਣਾ, ਕੰਨ ਛੋਟੇ ਤੇ ਇਹ ਵੀ ਕੱਦ ਆਵੇ। ਠੀਕ ਹੈ ਭਾਈ, ਲੈ ਚਲੋ ਗੁਲਾਬ ਜੀ ਨੰਬਰ 3 ਵਾਲੀ। ਬਾਬਾ ਜੀ ਜੀ ਅਵਾਨ ਸਾਹਿਬ ਇਹ ਗਾਂ ਨੰਬਰ 2 ਦਾ ਰੇਟ ਇਹ ਸਰਦੀ ਗਾਂ ਤਾਂ ਸਾਡੀ ਮਾਸ਼ਾਅੱਲਾ ਜਿਹੜੀ ਇਹਨਾਂ ਕਾਫੀ ਅੱਛੀ ਹੈ ਔਰ ਅਲਹਮਦੁਲਿਲਾ ਜੀ ਇਹਨਾਂ ਆਪਣੇ ਫਾਰਮ 'ਤੇ ਦੀ ਚਵਾਈ ਕੀਤੀ ਹੈ ਜੀ ਜੀ। ਇਹ ਮੁੱਲ ਤਾਂ ਇਹਦਾ ਵੀ 6.5 ਲੱਖ ਕਰਨੇ ਆ, ਅਤੇ ਜੇ ਕਿਸੇ ਵੀਰ ਭਰਾ ਨੂੰ ਪਸੰਦ ਹੋਏ ਤਾਂ 6.25 ਦੀ ਦੇ ਦਿਆਂਗੇ ਫਾਈਨਲ।
5,75,000 ਲੋ ਜੀ ਦੋਸਤੋ ਕੁਆਲਿਟੀ ਚੈੱਕ ਕਰਨੀ ਮਾਸ਼ਾਅੱਲਾ ਜੀ ਮੁਕੰਮਲ ਤਸੱਲੀ ਕਰਾਈ ਹੈ ਕੀਮਤ ਡਿਮਾਂਡ 5,75,000 ਅੱਗੇ ਆ ਗਈ ਜੀ ਨੰਬਰ 3 ਤੇ ਗੱਬਣ ਜੀ ਹੈ ਗੱਬਣ ਜੀ ਠੀਕ ਤੇ ਮਾਸ਼ਾਅੱਲਾ ਜੀ ਹਾਈਟ ਦੀ ਵੇਖ ਲੈਣੀ ਜਾਨਵਰ ਜਿੰਨੇ ਵੀ ਨੇ ਸ਼ੋਕੀਆ ਕਾਦਾਵਰ ਥਣ ਸੋਹਣੇ ਲੱਗੇ ਨੇ ਜੀ ਹਵਾਨ ਸਾਹਿਬ ਕਿਨੂੰ ਇਹ ਤੀਸਰੇ ਲੋਕੇਸ਼ਨ ਚ ਠੀਕ ਹੈ ਔਰ ਚੋਲਸਤਾਨੀ ਫਰੀਜ਼ੀਅਨ ਕ੍ਰਾਸ ਚ ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਹਾਲਾਂਕਿ ਇਹਨੂੰ ਵੇਖ ਕੇ ਦੂਸਰਾ ਸੂਬਾ ਵੀ ਕਹਿੰਦੇ ਤੇ ਦੋਸਤਾਂ ਕਹਿਣਾ ਵੀ ਠੀਕ ਹੈ ਅੱਛੀ ਗੱਲ ਹੈ ਜੋ ਹਕੀਕਤ ਹੈ ਦੋਸਤਾਂ ਨੂੰ ਹੀ ਦੱਸਣੀ ਹੈ ਫਰਾਜ਼ ਭਾਈ ਪਿਛਲੇ ਸੂਏ ਮਾਸ਼ਾਅੱਲਾ ਗਾ ਸੁਣੋ ਮੇਰੀ ਬੜਾ ਸਾਡਾ ਪਿਆਰ ਮੁਹੱਬਤਲਾ ਜੀ ਸੀ ਉਹਨੂੰ ਆਹ ਘੱਲੇ ਸੀ ਤੇ ਗਾਂ ਦੇ ਮਾਸ਼ਾਅੱਲਾ ਬੜਾ ਕੱਪੜਾ ਸੀ ਇਸ ਗਾਂ ਤੇ ਚਲੋ ਬਾਕੀ ਕਿਸੇ ਜੀ ਦੀ ਪਾਉਣ ਦਾ ਕਿਸੇ ਲੈਣਾ ਹੁੰਦਾ ਕੀ ਹਾਲ ਜੀ ਜੀ ਉਹ ਸੂਏ ਵੀ ਅਲਹਮਦੁਲਿਲਾ ਗਾਈ ਨੇ ਜਿਹੜਾ ਨਾਲ ਅਲਹਮਦੁਲਿਲਾ 33+2 ਕੀਤਾ ਪਿਛਲੇ ਜੀ ਨਹੀਂ ਕਿ ਦੂਸਰੇ ਸੂਏ ਚ ਵੀ ਠੀਕ ਹੈ ਜੇ ਮਾਸ਼ਾਅੱਲਾ ਗਾਈਆਂ ਲਾਪਾ ਖੈਰ ਕਰੇ ਸਾਡੇ ਕੋਲ ਇਹ ਸੰਭਾਲ ਜੇ ਕੋਈ ਭੈਣ ਭਰਾ ਲਾਈ ਜਾਂਦਾ ਕੋਈ ਸ਼ੌਕ ਨਾਲ ਤੇ ਇਨਸ਼ਾਅੱਲਾ ਗਾਂ ਆ ਕੇ ਮਾਣ ਤੋਤੇ ਕਰੇ ਗੇ ਲਾਪਾ ਦੇ ਰਹਿਮਤ ਨਾਲ ਇਨਸ਼ਾਅੱਲਾ ਹਾਂ ਇਨਸ਼ਾਅੱਲਾ ਬਾਕੀ ਵੇਖੋ ਪਾਣ ਦੇ ਕਿਹ ਲੈਣਾ ਬਿਲਕੁਲ ਜੀ ਕੀ ਹਾਲ ਜੇ ਇਹ ਦਿਨ ਕਿੰਨੇ ਕਿ ਲੈ ਰਹੀ ਹੈ ਵਾਨ ਸਾਹਿਬ ਇਹਣਾ ਹੀ ਹੈ ਜੇ ਮਾਸ਼ਾਅੱਲਾ ਦੇ 15 ਕ ਠੀਕ ਹੈ 15 ਦਿਨ ਹੀ ਇੱਕ ਚੀਜ਼ ਵੈੜੀ ਇਹ 15 ਕਿ ਦਿਨ ਲਿੰਦੀ ਹੈ ਵੀ ਸੂਆ ਨੇ ਤੀਸਰਾ ਸੁਣਾ ਮਾਸ਼ਾਅੱਲਾ ਜੀ ਪਿਛਲੇ ਜਿਨੀ ਕਿ ਦੂਸਰੇ ਸੂਏ ਦਾ ਤਕਰੀਬਨ 32-33 ਲੀਟਰ ਦਾ ਰਿਕਾਰਡ ਹੈ ਤੇ ਨਸਲ ਦੀ ਦਸੀ ਹੈ ਵਾਨ ਸਾਹਿਬ ਫਰੀਜ਼ੀਅਨ ਤੇ ਚੋਲਸਤਾਨੀ ਤੇ ਹਾਈਟ ਦੀ ਵੇਖ ਲੈਣੀ ਮਾਸ਼ਾਅੱਲਾ ਜੀ ਬਿਲਕੁਲ ਜੀ ਇਹ ਕਾਦਾਵਰ ਸਿਹਤਮੰਦ ਜਾਨਵਰ ਹੈ ਇੱਕ ਚੀਜ਼ ਜਿਹੜੇ ਠੀਕ ਹੈ ਬਾਈ ਲੈ ਆਓ ਜੀ ਚੋਲਸਤਾਨੀ ਕ੍ਰਾਸ ਬੇਸਿਕਲੀ ਉਹਨੇ ਫਾਰਮਰਾਂ ਨੂੰ ਰਿਕਮੈਂਡ ਇਹ ਕੀਤਾ ਸੀ ਕਿ ਚੋਲਸਤਾਨੀ ਫਰੀਜ਼ੀਅਨ ਕ੍ਰਾਸ ਜਿਹਾ ਨਾ ਜਾਨਵਰ ਕਰਵਾਇਆ ਜਾਏ ਤਾਂ ਕਿ ਜਾਨਵਰ ਪਾਕਿਸਤਾਨੀ ਮਾਹੌਲ ਜ਼ਿਆਦਾ ਜਿਹਾ ਨਾ ਅਸੈਪਟ ਕਰਦਾ ਠੀਕ ਹੈ ਜਿਹੜਾ ਅਗਰ ਫਰੀਜ਼ੀਅਨ ਪਿਓਰ ਫਰੀਜ਼ੀਅਨ ਸਾਰੀ ਗੱਲ ਜਦੋਂ ਇੱਕ ਚੀਜ਼ ਦੀ ਇੰਪੋਰਟੈਂਟ ਲੈ ਲੈਂਦੇ ਹਾਂ ਪਿਓਰ ਲੈ ਲੈਂਦੇ ਹਾਂ ਤਾਂ ਉਹਦੇ ਸਾਰੀ ਗੱਲ ਕੰਮ ਵੀ ਪਿਓਰ ਕਰਨਾ ਪੈਂਦੇ ਨੇ ਔਰ ਸਰ ਗਰਮੀਆਂ 'ਚ ਬਿਲਕੁਲ ਆਮ ਡੇਰੇ ਦੇ ਉੱਤੇ ਜੇ ਅਗਰ ਕਿਸੇ ਜਾਨਵਰ ਰੱਖਣੇ ਨੇ ਨਾ ਤਾਂ ਇਹ ਬਰੀਡ ਸਾਰਿਆਂ ਤੋਂ ਬੈਸਟ ਹੈ ਠੀਕ ਹੈ ਜਿੰਦਾਬਾਦ ਫਾਰਮਰ ਸਾਡੇ ਨਹੀਂ ਸੰਭਾਲ ਸਕਦੇ ਪਿਓਰ ਜਾਨਵਰ ਜਿਹੜੇ ਬੰਦੇ ਰੱਖਣਗੇ ਜਿੰਨਾ ਜਿੰਨਾ ਉਸ ਨਾਲ ਮਿਨਰਲ ਦੇਣੇ ਨੇ ਉਹਨਾਂ ਹੀ ਉਹਨਾਂ ਜਾਨਵਰਾਂ ਕੋਲ ਦੁੱਧ ਲੈਣਾ 60-60 ਲੀਟਰ ਤੇ 50-50 ਲੀਟਰ ਜੀ ਜੀ ਕੀ ਹਾਲ ਜੀ ਸਾਡੇ ਆਮ ਡੇਰੇਦਾਰ ਜਿਹੜੇ ਬੰਦੇ ਨਾ ਤਕਰੀਬਨ ਐਸ ਨਸਲ ਨੂੰ ਪਸੰਦ ਕਰਦੇ ਤਕਰੀਬਨ ਮਾਸ਼ਾਅੱਲਾ ਜੀ ਇਹ ਜਿਹੜਾ ਕ੍ਰਾਸ ਵਿੱਚ ਭਾਈ ਨੇ ਵੀ ਜ਼ਿਕਰ ਕੀਤਾ ਚੋਲਸਤਾਨੀ ਕ੍ਰਾਸ ਆ ਗਿਆ ਫਰੀਜ਼ੀਅਨ ਤੇ ਚੋਲਸਤਾਨੀ ਦੂਸਰਾ ਕਹਿੰਦੇ ਨੇ ਦੁੱਧ ਵੀ ਫੈਟ ਵਾਲਾ ਹੁੰਦਾ ਸਹੀ ਗੱਲ ਹੈ ਭਾਈ ਜੀ ਜੀ ਇਹਦੀ ਤਕਰੀਬਨ ਜੇ ਹੈ ਨਾ 5.5 ਫੈਟ ਪਿਛਲੇ ਨਹੀਂ ਇਹਦਾ ਚਿਹਰਾ ਸਾਹਮਣੇ ਕਰੀ ਪਹਿਲੇ ਲੈਕਟੇਸ਼ਨ ਜੋ ਸਾਡੇ ਕੋਲ ਰਹੀ ਹੈ ਉਹਦੇ ਚ ਜ਼ਾਰੀ ਗੱਲ ਹੈ ਅਸੀਂ ਦੁੱਧ ਦਿੰਨੇ ਆ ਨੈਸਲੇ ਵਾਲਿਆਂ ਨੂੰ ਠੀਕ ਹੈ ਤੇ 5.5 ਫੈਟ ਜਿਹੜੀ ਇਹਨਾਂ ਦੀ ਆਂਦੀ ਰਹੀ ਠੀਕ ਹੈ ਜਿੰਦਾਬਾਦ ਠੀਕ ਹੈ ਭਾਈ ਲੈ ਚਲੋ ਇਹ ਨੰਬਰ 3 ਤੇ ਆ ਗਈ ਮਾਸ਼ਾਅੱਲਾ ਜੀ ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਸੂਆ ਤੀਸਰਾ ਸੁਣ ਇਹ ਦਿਨ ਕੋਈ ਲੈ ਰਹੀ ਹੈ ਮਾਸ਼ਾਅੱਲਾ ਜੀ 15 ਨਹੀਂ ਉਹ ਗਾਂ ਚੈੱਕ ਕਰਾ ਲਓ ਫਿਰ ਮੱਝਾਂ ਸ਼ੁਰੂ ਕਰ ਕਰ ਜੀ ਹਵਾਨ ਸਾਹਿਬ ਇਹ ਗਾਂ ਨੰਬਰ 3 ਦਾ ਰੇਟ ਗਾਈ ਇਸ ਦਾ ਵੀ ਅਸੀਂ 6 ਲੱਖ ਰੁਪਈਆ ਮੰਗਨੇ ਆ ਜਨਾਬ ਤੇ ਕਿਸੇ 20 ਭਰਾ ਨੂੰ ਪਸੰਦ ਹੋਈ ਤੇ 5 ਦੀ ਫਾਈਨਲ ਦੇ ਦੇਵਾਂਗੇ ਤੇ 5 ਲੱਖ ਜੀ ਠੀਕ ਹੈ ਲੋ ਜੀ ਦੋਸਤੋ ਇਹ ਪਿਛਲੇ ਸੂਬੇ ਦਾ ਰਿਕਾਰਡ ਵੀ ਚੰਗਾ ਸੂਆ ਹੁਣ ਤੀਸਰਾ ਸੋਣਾ ਮਾਸ਼ਾਅੱਲਾ ਜੀ ਹੈ ਨਾ ਪਿਛਲੇ ਸੂਬੇ ਦਾ ਰਿਹਾ ਇਹਦਾ ਜਾਂ 34 ਲੀਟਰ ਠੰਡਾ ਕਰਕੇ ਚੋਇਆ ਜਿਹਨੂੰ ਅਸੀਂ ਆਮ ਫਾਰਮਰ ਕਹਿੰਦੇ ਨੇ ਜੀ ਠੰਡਾ ਕਰਕੇ ਨਿਤਰਿਆ ਦੋ ਜੀ ਜੀ ਝਾਗ ਦੋ ਯਾਨੀ ਕਿ ਤੁਸੀਂ ਦੁੱਧ ਦੱਸ ਦਿਓ ਪਏ ਜਿਹੜਾ ਚੋਇਆ ਜਿਹੜਾ ਠੰਡਾ ਕਰਕੇ ਜਿਹੜਾ ਹੈ ਜ਼ਿੰਦਾਬਾਦ ਅੱਗੇ ਲੈ ਆਵੋ ਜੀ ਇਹ ਨੰਬਰ 4 ਤੇ ਲੈ ਆਵੋ ਨਾਲੇ ਫਰਾਜ਼ ਭਾਈ ਵੇਖੋ ਐਸ ਗਾਂ ਦਾ ਇਸ ਟਾਈਮ ਹੈ ਰੇਟ ਹੈ ਠੀਕ ਹੈ 15 ਦਿਨਾਂ ਨੂੰ ਇਨਸ਼ਾਅੱਲਾ ਕਿਤੇ ਗਾਂ ਲਾਹਰ ਕਰੇ ਕਿਤੇ ਮਨ ਲੱਗੇਗੀ ਤੇ ਫਿਰ ਜੇ ਕਿਤੇ ਵੀਡੀਓ ਲਾਵਾਂਗੇ ਤੇ ਫਿਰ ਰੇਟ ਹੋਰ ਹੋਣਾ ਆ ਜੀ ਹਲੇ ਗੱਬਣ ਨੇ ਤੁਸੀਂ ਵੀ ਸੇਵਾ ਕਰਨੀ ਹੈ ਇਹ ਕੱਚੀ ਦਾ ਤੁਹਾਡਾ ਰੇਟ ਕਰਾਣੇ ਆ ਠੀਕ ਤੇ ਆਏ ਗਏ ਭੈਣ ਭਰਾ ਦੀ ਇਨਸ਼ਾਅੱਲਾ ਤੁੰਨ ਕੇ ਲਾਹਰ ਕਰੇ ਇਨਸ਼ਾਅੱਲਾ ਦੇ ਦੀ ਜਾ ਹੋਏਗੀ ਜ਼ਿੰਦਾਬਾਦ ਸਰ ਇਹ ਕੰਮ ਲਾਜ਼ਮੀ ਕਰਨਾ ਭੈਣ ਭਰਾ ਪੂਰੇ ਇਨਸ਼ਾਅੱਲਾ ਰਾਜ਼ੀ ਕਰਕੇ ਚਲਾਂਗੇ ਜੇ ਅੱਗੇ ਮਾਸ਼ਾਅੱਲਾ ਜੀ ਇਹ ਤੋਹਫਾ ਹੀ ਆ ਗਿਆ ਜੀ ਇਹ ਗਾਂ ਨੰਬਰ 4 ਸਭ ਤੋਂ ਜ਼ਿਆਦਾ ਲਬਾਸ ਹੈ ਲੇਕਿਨ ਤਾਜ਼ੀ ਸੂਈ ਹੈ ਅਜੇ ਜਿਹੜੀ ਚੁਆਈ ਹੋਈ ਹੈ ਉਹਦੇ ਮੁਤਲਕ ਹੀ ਦੱਸਾਂਦੇ ਇਹ ਵੀ ਮੋਨੀ ਮਾਸ਼ਾਅੱਲਾ ਗਾਵਾਂ ਜਿੰਨੀਆਂ ਨੇ ਸਾਰੀਆਂ ਮੋਨੀਆਂ ਕਾ ਮਾਸ਼ਾਅੱਲਾ ਵੈੜੀ ਵੇਖੋ ਇਹ ਚੈੱਕ ਕਰੋ ਜੀ ਕਾ ਕਾਤੇ ਅਲਹਮਦੁਲਿਲਾ ਵੇਖੋ ਬਿਲਕੁਲ ਜੀ ਤੁਸੀਂ ਤੇ ਨਜ਼ਰ ਹੀ ਨਹੀਂ ਹੁੰਦੇ ਪਏ
ਠੀਕ ਹੈ ਕਿੰਨਵਾ ਸੂਆ ਸੂਈ ਮਲਕ ਸਾਹਿਬ ਇਹ ਸਰ ਜੀ ਤੀਸਰੇ ਸੂਏ ਚ ਵੇ ਤੀਸਰਾ ਸੂਆ ਔਰ ਮੇਰੇ ਇੱਕ ਦੋਸਤ ਹਨ ਉਹਨੇ ਬਾਹਰੋਂ ਆਸਟ੍ਰੇਲੀਆ ਚੋਂ ਇੰਪੋਰਟ ਕਰਵਾਈਆਂ ਹਨ ਕੋਈ 60 ਕੁ ਗਾਈਆਂ ਠੀਕ ਹੈ ਇਹ ਇੰਪੋਰਟ ਹੋਈ ਸੀ ਜਾਂ ਇਹਦੀ ਮਾਰਕੀਟ ਹੋਈ ਸੀ ਇਹ ਖੁਦ ਇੰਪੋਰਟ ਹੋਈ ਸੀ ਇਹ ਇੰਪੋਰਟ ਹੋਈ ਹੈ ਠੀਕ ਹੈ ਜੀ ਸੂਆ ਤੀਸਰਾ ਹਾਂਜੀ ਤੇ ਉਹ ਬਰੇ ਸਾਨਾ ਨਾਲ ਲਈ ਹਜੇ ਉਹਨਾਂ ਕੋਲ ਦੂਸਰੇ ਸੂਏ ਮੈਂ ਇਹਨੂੰ ਉਹ ਚੰਗੀ ਚੀਜ਼ ਕਿਹੜੀ ਆਸਾਨੀ ਨਾਲ ਮਿਲ ਗਈ ਮੇਰੇ ਕੋਲ ਮਾਸ਼ਾਅੱਲਾ 48 ਲੀਟਰ ਕਰਦੀ ਰਹੀ ਹੈ ਇਹ ਪਿਛਲੇ ਸੂਏ ਪਿਛਲੇ ਸੂਏ ਦੂਸਰੇ ਸੂਏ ਜੀ ਦੂਸਰੇ ਸੂਏ 48 ਲੀਟਰ ਔਰ ਇਨਸ਼ਾਅੱਲਾ ਆਜ ਕੀ ਅਲਹਮਦੁਲਿਲਾ ਸਾਡੇ ਕੋਲ ਰਹੀ ਨਾ ਅਸੀਂ 50 ਪਲੱਸ ਕਰਾਵਾਂਗੇ ਇਨਸ਼ਾਅੱਲਾ ਲੇਤਾ ਜੀ ਇਹ ਸੂਆ ਤੀਸਰਾ ਮਾਸ਼ਾਅੱਲਾ ਜੀ ਲਿਬਾਸ ਵੇਖਣਾ ਸੋਹਣੀ ਇਹਨੇ ਪੰਡ ਪਾਈ ਹੈ ਅਵਾਨ ਸਾਹਿਬ ਕਿਦਨ ਦੀ ਸੂਈ ਹੈ ਇਹਨੂੰ ਰਾਤੀ ਸੂਈ ਜਾਈ ਰਾਤੀ ਭਾਈ ਥੋੜੀ ਅੱਗੇ ਕਰਿਓ ਜਰਾ ਇਹ ਚਵਾਈ ਦੀ ਕੀ ਕੀਤੀ ਹੈ ਫਿਰ ਜੀ ਚਵਾਈ ਕੋ ਕੀਤੀ ਹੈ ਕੋ ਤਕਰੀਬਨ 17 ਕੁ ਲੀਟਰ ਜੀ ਆਨੇ ਨੇ ਬੋਲਾ ਬੋਲਾ ਕੀਤਾ ਠੀਕ ਹੈ ਇਹ ਚਵਾਈ ਚਵਾਈ ਦਾ ਜੀ ਇਹ ਸੂਆ ਤੀਸਰਾ ਸੂਈ ਹੈ ਇੱਕੀ ਦੀ ਚਵਾਈ ਹੋਈ ਹੈ ਮਾਸ਼ਾਅੱਲਾ ਜੀ ਜਿਹੜੀ ਪਹਿਲੀ ਚਵਾਈ ਉਹਦੇ ਚ ਤਕਰੀਬਨ 17 ਕੁ ਲੀਟਰ ਬੋਲਾ ਕੱਢਿਆ ਪਿਛਲੇ ਸੂਏ ਦਾ ਰਿਕਾਰਡ ਵੀ ਚੰਗਾ ਤੇ ਨਸਲ ਕੀ ਸਰ ਦੀ ਇਹ ਪਿਓਰ ਆਸਟ੍ਰੇਲੀਅਨ ਆਸਟ੍ਰੇਲੀਆ ਜੀ ਇੰਪੋਰਟ ਹੋਈ ਹੈ ਇਹਦੀ ਪੈਡੀਗਰੀ ਜਿਹੜੀ ਹੈ ਨਾ 200 ਸਾਲ ਤੋਂ ਪਿਓਰ ਹੈ ਕੋਈ ਕ੍ਰਾਸ ਨਹੀਂ 200 ਸਾਲ ਦੇ ਵਿੱਚ ਠੀਕ ਹੈ ਨਹੀਂ ਪਿਓਰ ਆਸਟ੍ਰੇਲੀਆ ਜੀ ਬਿਲਕੁਲ ਠੀਕ ਹੈ ਭਾਈ ਲਾਓ ਜੀ ਲੋਏ ਦੋਸਤੋ ਚਿਹਰਾ ਵੀ ਚੈੱਕ ਕਰਨਾ ਮਾਸ਼ਾਅੱਲਾ ਜੀ ਵੱਡੀ ਜਸਾਮਤ ਵਾਲਾ ਜਾਨਵਰ ਹੈ ਸੂਆ ਤੀਸਰਾ ਸੂਈ ਇੱਕ ਇਹਦੀ ਚਵਾਈ ਹੋਈ ਹੈ ਪਹਿਲੀ ਚਵਾਈ ਕਿਉਂਕਿ 17 ਕਿ ਲੀਟਰ ਬੋਲਾ ਕੱਢਿਆ ਭਾਈ ਜਾਤ ਲੈ ਆਇਓ ਜੀ ਖਾਣ ਵੀ ਦੋਸਤਾਂ ਵੇਖ ਲੈਣੇ ਨੇ ਲਿਬਾਸ ਚੰਗਾ ਕੀਤਾ ਸੂਆ ਤੀਸਰਾ ਮਾਸ਼ਾਅੱਲਾ ਜੀ ਕੀ ਜਾ ਪਿੱਛੇ ਭਾਈ ਇਹਦੇ ਇਹ ਵੱਛਾ ਹੀ ਦਿੱਤਾ ਜੀ ਇਹਨੇ ਵੀ ਪਿੱਛੇ ਦੇ ਪਿੱਛੇ ਵੀ ਮਾਸ਼ਾਅੱਲਾ ਜੀ ਵੱਛਾ ਠੀਕ ਹੈ ਭਾਈ ਰਹਿਣ ਦਿਓ ਇਹ ਵੱਛਾ ਦੋਸਤਾਂ ਵੱਛਾ ਵੀ ਚੈੱਕ ਕਰਨਾ ਹੈ ਨਿਊਜ਼ੀਲੈਂਡ ਸੇਮ ਹੈ ਜੀ ਨਿਊਜ਼ੀਲੈਂਡ ਦਾ ਜੀ ਠੀਕ ਹੈ ਟੋਰੇ ਭਾਈ ਜਾਨ ਕਿਉਂਕਿ ਬੇਸਿਕ ਜਿਹੜੀ ਆਸਟ੍ਰੇਲੀਅਨ ਹੈ ਨਾ ਉਹ ਪਾਕਿਸਤਾਨ ਦੇ ਇਨਵਾਇਰਮੈਂਟ ਨੂੰ ਬੜਾ ਜਿਹਾ ਨਾ ਅੱਛਾ ਜਿਹਾ ਨਾ ਸਮਝਦੀ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ 34-35 ਡਿਗਰੀ ਸੈਂਟੀਗ੍ਰੇਡ 40 ਡਿਗਰੀ ਸੈਂਟੀਗ੍ਰੇਡ ਰਹਿੰਦਾ ਠੀਕ ਹੈ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਇੱਥੋਂ ਤੱਕ ਟੈਂਪਰੇਚਰ ਜਾਂਦਾ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਜਾਨਵਰ ਸਿਲੈਕਟ ਕੀਤੇ ਜਾਂਦੇ ਨੇ ਨਾ ਫਾਰਮਰਾਂ ਲਈ ਉਹ ਜ਼ਿਆਦਾ ਉਹਨਾਂ ਦੀ ਜਿਹੜੀ ਇਹ ਪਿਲਰ ਮਜ਼ਬੂਤ ਹੋਣੇ ਚਾਹੀਦੇ ਨੇ ਚਾਹੀਦੇ ਨੇ ਜਿਹੜੇ ਹੁੰਦੇ ਨੇ ਔਰ ਬਕਾਇਦਾ ਜੇ ਹੈ ਨਾ ਇਹ ਟੈਸਟ ਸ਼ੁਦਾ ਹੁੰਦੀਆਂ ਨੇ ਠੀਕ ਹੈ ਔਰ ਇਹਨਾਂ ਨੇ ਜਦੋਂ ਚਵਾਈ 'ਤੇ ਜਾਣਾ ਹੁੰਦਾ ਉੱਥੇ ਫਾਰਮਾਂ 'ਤੇ ਕਿਉਂਕਿ ਤਕਰੀਬਨ 1-2 ਕਿਲੋਮੀਟਰ ਫਾਸਲਾ ਤੈਅ ਕਰਕੇ ਜਾਂਦੀਆਂ ਨੇ ਠੀਕ ਹੈ ਤਾਂ ਇਹ ਜੇ ਨਾ ਇੱਕ ਨਸਲ ਮਜ਼ਬੂਤ ਨਸਲ ਸਮਝੀ ਜਾਂਦੀ ਯਾਨੀ ਕਿ ਜਿਹੜੀ ਪਾਕਿਸਤਾਨ ਦੇ ਵਿੱਚ ਇਸ ਟਾਈਮ ਆਸਟ੍ਰੇਲੀਅਨ ਜੈਨੈਟਿਕਸ ਦੇ ਉੱਤੇ ਜੇ ਨਾ HRM ਫਾਰਮ ਕੰਮ ਕਰ ਰਿਹਾ ਔਰ ਮਾਸ਼ਾਅੱਲਾ 80+ ਜੇ ਨਾ ਦੁੱਧ ਲੈ ਰਹੇ ਨੇ ਜ਼ਿੰਦਾਬਾਦ ਜ਼ਬਰਦਸਤ ਮਲਕ ਸਾਹਿਬ ਆਸਟ੍ਰੇਲੀਅਨ ਨਾਲ ਤੁਸੀਂ ਸ਼ੌਕ ਵੀ ਕਰਾਉਂਦੇ ਹੋ ਮਾਸ਼ਾਅੱਲਾ ਜੀ ਇਨਫੋਰਮੇਸ਼ਨ ਵੀ ਦੇ ਰਹੇ ਹੋ ਆਸਟ੍ਰੇਲੀਅਨ ਬਰੀਡ ਹੈ ਅਤੇ ਭਾਈ ਯਾਰ ਮੁਕੰਮਲ ਇਨਫੋਰਮੇਸ਼ਨ ਵੀ ਦਿੱਤੀ ਹੈ ਸੂਆ ਤੀਸਰਾ ਸੂਈ ਅਤੇ ਥਣ ਦੋਸਤਾਂ ਫਿਰ ਵੇਖ ਲੈਣੇ ਨੇ ਅਤੇ ਮਾਸ਼ਾਅੱਲਾ ਜੀ ਵੰਡ ਵੀ ਚੈੱਕ ਕਰਨੀ ਹੈ ਜੀ ਠੀਕ ਭਾਈ ਲਾ ਚਲੋ ਪਿੱਛੇ ਦੇ ਬੱਚਾ ਸੀ ਰਾਜ ਭਾਈ ਇਹਦਾ ਅਸੀਂ ਦੱਸਣੋ ਗਾ ਸੁਣੋ ਮੇਰੀ ਅਲਹਮਦੁਲਿਲਾ 60-65 ਵੀ ਆਖੇ ਤੇ ਮਾਸ਼ਾਅੱਲਾ ਗਾਂ ਦੇ ਮੂੰਹ ਤੇ ਪੈਂਦਾ ਹੈ ਕੀ ਹਾਲ ਜੇ ਲੇਕਿਨ ਅਲਹਮਦੁਲਿਲਾ ਭਰਾਵਾਂ ਨੂੰ ਗੱਲ ਉਹ ਦੇ ਕੇ ਇਨਸ਼ਾਅੱਲਾ ਘੱਲਣੀ ਹੈ ਕਿ ਜਿਹੜਾ ਕੋਈ ਜੀ ਆਏ ਤੇ ਲਾਦਰ ਆਉਂਦਾ ਇਨਸ਼ਾਅੱਲਾ ਕੋਈ ਚਾਸਰ ਉੱਤੇ ਚੋਕ ਜਾਏ ਐ ਨਾ ਬਾਅਦ ਚ ਆਖੇ ਕਿ ਯਾਰ ਆਹਾਂ ਲਿਆ ਕੀ ਤੇ ਸਾਨਾ ਕੀਤਾ ਕੀ ਦੇ ਨਹੀਂ ਸਰ ਅੱਛੀ ਸੋਚ ਹੈ ਮਾਸ਼ਾਅੱਲਾ ਇਨਸ਼ਾਅੱਲਾ ਚੀਜ਼ ਅਹੀ ਅਲਹਮਦੁਲਿਲਾ ਇੱਥੇ ਤੁਹਾਡੇ ਨਾਲ ਕਰ ਲੈਣੀ ਹੈ ਵੀਡੀਓ ਤੇ ਉਹ ਉਹਦੀ ਅਸੀਂ ਜਿਹੜੀ ਹੈ ਨਾ ਪੈਰਵੀ ਕਰਾਂਗੇ ਜਾਂਚ ਪੜਤਾਲ ਹੈ ਕਿ ਕੀ ਹੈ ਮਾਸ਼ਾਅੱਲਾ ਤੁਹਾਡੇ ਨਾਲ ਅਸੀਂ ਆ ਗੱਲਾਂ ਕਰਨ ਰਹੇ ਆ ਸਾਡੀ ਗੱਲ ਕੱਟੀ ਜਾਂਦੀ ਵੀ ਜਿੰਜ ਨੇ ਲਿਬਾਸ ਕੀਤਾ ਨਾ ਭਾਈ ਇਹਨਾਂ ਦੱਸਿਆ ਕਿ 17 ਲੀਟਰ ਮੈਂ ਸੋਚਣਾ ਪਿਆ ਹੋ ਸਕਦਾ ਕੋਈ 24-25 ਲੀਟਰ ਦੇ ਨਜ਼ਦੀਕ ਦੱਸਣ ਲੇਕਿਨ ਅੱਛੀ ਗੱਲ ਹੈ ਜਿਹੜੀ ਹਕੀਕਤ ਐਗਜ਼ੈਕਟ ਹੈ ਨਾ ਜਿਸ ਜਾਨਵਰ ਥੱਲੋਂ ਮੈਂ ਜਿੰਨਾ ਦੁੱਧ ਚੋਇਆ ਹੈ ਜਿੰਨਾ ਇਹਦਾ ਮਤਲਬ ਹੋਣਾ ਹੈ ਔਰ ਜਿੰਨਾ ਅਸੀਂ ਅਲਹਮਦੁਲਿਲਾ ਕਰਾ ਲੈਣਾ ਅਸੀਂ ਗੱਲ ਉਹ ਕਰਨੀ ਜ਼ਿੰਦਾਬਾਦ ਠੀਕ ਹੈ ਸਰ ਲੈ ਚਲੋ ਜੀ ਆਸਟ੍ਰੇਲੀਅਨ ਨੰਬਰ 4 ਤੇ ਚੈੱਕ ਕਰਾਈਏ ਸੂਆ ਤੀਸਰਾ ਸੂਈ ਮਾਸ਼ਾਅੱਲਾ ਜੀ ਪਿੱਛੇ ਦੇ ਬੱਚਾ ਜੀ ਮਲਕ ਸਾਹਿਬ ਗਾਂ ਨੰਬਰ 4 ਦਾ ਰੇਟ ਸਰ ਜੀ ਇਹਦਾ ਰੇਟ ਫੋਨ ਤੇ ਜੇ ਨਾ ਬੰਦਾ ਜਿਹੜਾ ਕੋ ਸ਼ਕੀਨ ਹੋਏ ਸਾਡਾ ਜਿਹੜਾ ਕੋ ਭੈਣ ਪ੍ਰਾਖੇ ਕਰਾਂ ਇਨਸ਼ਾਅੱਲਾ ਠਰਕ ਨਾਲ ਤੇ ਇਨਸ਼ਾਅੱਲਾ ਠਰਕ ਨਾਲ ਨੂੰ ਗਾਂ ਦਾਂਗੇ ਸ਼ੌਕੀਆ ਤੇ ਸਾਰੇ ਸ਼ੌਕੀਆ ਨੇ ਫੇਰ ਵੀ ਕੋਸ਼ਿਸ਼ ਕਰਨੀ ਹੈ ਜਿੱਥੇ ਕੋ ਮناسب ਗੱਲ ਹੋਈ ਜਿਹੜੇ ਭੈਣ ਪ੍ਰਾਣੇ ਇਨਸ਼ਾਅੱਲਾ ਫੋਨ ਕਰ ਲੈਣਾ ਨਾ
ਅੱਲਾ ਪਾ ਜਿਹੜਾ ਤਰ੍ਹਾਂ ਇਨਸ਼ਾਅੱਲਾ ਆਖੇਗਾ ਤੁਹਾਨੂੰ ਆਪ ਹੀ ਫੋਨ ਕਰਕੇ ਕਿ ਫਰਾਜ਼ ਸਾਹਿਬ ਬੰਦਿਆ ਵਾਕਈ ਬੜੀ ਸਾਡੀ ਆ ਕੀਤੀ ਜ਼ਿੰਦਾਬਾਦ। ਲੋ ਦੋਸਤੋ ਨੰਬਰ 4 ਤੇ ਚੈੱਕ ਕਰਾਈਏ, ਸ਼ੋਕੀਆ ਚੀਜ਼ ਅਗਰ ਕਿਸੇ ਦੋਸਤ ਦੀ ਸਮਝ 'ਚ ਆਉਂਦੀ ਹੈ ਸਕਰੀਨ 'ਤੇ ਨੰਬਰ ਆ ਰਹੇ ਨੇ, ਦੋਸਤ ਰਾਬਤਾ ਕਰ ਸਕਦੇ ਨੇ। ਮੁਕੰਮਲ ਤਫਸੀਲ ਦੋਸਤਾਂ ਦੇ ਜਿਹੜੀ ਅੱਗੇ ਭਾਈ ਲੈ ਹੋ ਜੀ, ਮੱਝ ਨੰਬਰ 1 ਲੈ ਹੋ ਜੀ, ਟੋਟਲ 6 ਜਾਨਵਰ ਨੇ ਅਤੇ ਮੱਝਾਂ ਵੀ ਮਾਸ਼ਾਅੱਲਾ ਜੀ ਪਹਿਲਵਾਨ। ਬੁਲਾਓ ਜ਼ਰਾ ਮਲਕ ਅਮਜਦ ਅਵਾਨ ਸਾਹਿਬ ਨੂੰ ਵੀ ਬੁਲਾਓ। ਮਲਕ ਸਾਹਿਬ ਮੱਝਾਂ ਦੇ ਖਿਲਾੜੀ ਨੇ, ਆਹੋ ਮਲਕ ਸਾਹਿਬ ਵਾਕੇ ਖਿਲਾੜੀ ਜੀ। ਵਾਲੇਕੁਮ ਸਲਾਮ ਮਲਕ ਸਾਹਿਬ, ਕੀ ਹਾਲ ਹੈ? ਠੀਕ ਹਾਂ ਅੱਲਾ ਪਾਕ ਦਾ ਫਰਾਜ਼ ਸਾਹਿਬ, ਤੁਸੀਂ ਸੁਣਾਓ? ਅੱਲਾ ਪਾਕ ਦਾ ਸ਼ੁਕਰ ਹੈ, ਕੋਈ 2.5-3 ਸਾਲ ਪਹਿਲੇ ਜਨਾਬ ਨਾਲ ਮੁਲਾਕਾਤ ਹੋਈ ਸੀ। ਹਾਂਜੀ, ਉਦੋਂ ਅਸੀਂ ਉਹ ਕੀ ਬਲੈਕ ਡਾਇਮੰਡ ਮੁਤਾਰਫ ਕਰਾਇਆ ਸੀ ਦੋਸਤਾਂ ਨੂੰ, ਉਦੋਂ ਇੰਟਰਵਿਊ ਕੀਤਾ ਸੀ ਜਨਾਬ ਦਾ, ਉਦੋਂ ਵੀ ਦਿਲੀ ਖੁਸ਼ੀ ਹੋਈ ਸੀ ਅਤੇ ਮਾਸ਼ਾਅੱਲਾ ਜੀ ਹੁਣ ਵੀ ਆਏ ਹਾਂ, ਤੁਹਾਡਾ ਸ਼ੌਕ ਵੇਖ ਕੇ ਜਾਨਵਰ ਵੇਖ ਕੇ ਹੁਣ ਵੀ ਅਸੀਂ ਖੁਸ਼ ਹੋਏ ਹਾਂ। ਅਤੇ ਇਹ ਜਿਹੜਾ ਮੱਝਾਂ ਦਾ, ਇਹਦੇ ਬਾਰੇ 'ਚ ਤੁਸੀਂ ਸਰ ਦੱਸਣਾ ਅਤੇ ਜੋ ਵੀ ਇਹਦੀ ਹਕੀਕਤ ਉਹ ਦੋਸਤਾਂ ਨੂੰ ਦੱਸ ਦਿੰਦੇ ਹਾਂ। ਠੀਕ ਹੈ ਸਰ, ਹੋਰ ਕੋਈ ਗੱਲਬਾਤ ਕਰਨੀ ਹੈ? ਬਸ ਸਰ ਜੀ, ਤੁਹਾਡੇ ਮਸ਼ਕੂਰ ਹਾਂ ਜਿਹੜਾ ਤੁਹਾਨੂੰ ਟਾਈਮ ਦਿੱਤਾ ਫਿਰ ਸਰ ਤਾਬਿਆ ਦਾ। ਹਾਂਜੀ, ਲੋ ਦੋਸਤੋ, ਪਿਆਰੇ ਭਾਈ ਇੱਥੇ ਕਰੋ ਜੀ, ਇਹ ਕਿਨਵਾ ਸੂਆ ਵਾਨ ਸਾਹਿਬ ਦਾ ਦੂਸਰਾ ਸੂਆ 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 ਦੂਸਰਾ, ਇਹ ਜਿਹੜੀ ਖਰੀਦਦਾਰੀ ਕਰਦੇ ਹੋ ਪੇ ਇਹ ਮੱਝਾਂ ਦੀ ਜੀ, ਇਹ ਜੂਦੀਆਂ ਨੇ, ਨੀਲੀ ਦੀਆਂ ਜੂਦੀਆਂ ਜੀ? ਹਾਂਜੀ ਠੀਕ ਹੈ। ਆਰਾ ਫਾਰੇ ਦੀਆਂ ਝੋਟੀਆਂ ਜੀ, ਨਾਲ ਤੁਹਾਡਾ ਯਾਨੀ ਕਿ ਡੇਰੀ ਦਾ ਕਾਰੋਬਾਰ ਵੀ ਮੱਝਾਂ ਦਾ ਵੀ? ਬਿਲਕੁਲ ਠੀਕ ਹੈ। ਲੋ ਦੋਸਤੋ, ਇਹ ਜੂਦੀਆਂ ਮਾਸ਼ਾਅੱਲਾ ਜੀ ਝੋਟੀਆਂ, ਸੂਆ ਦੂਸਰਾ ਕਿਦਾਂ ਦੀ ਸੂਈ ਹੈ ਜੀ? ਇਹਨਾਂ ਸਾਰੀਆਂ ਸੂਆ 3 ਦਿਨ ਹੋ ਗਏ ਬਾਈ, ਲੋਏ ਚੱਕਰ ਬੋਲੇ ਤੇ ਵੀ 3 ਦਿਨ ਹੋ ਗਏ ਨੇ। ਲਬਾਸ ਦੋਸਤਾਂ ਵੇਖ ਲੈਣਾ, ਥਾਨ ਸੋਹਣੇ ਲੱਗੇ ਨੇ, ਪਾਵਰਫੁਲ ਝੋਟੀ ਨੰਬਰ 1 ਉੱਠਾ ਵੀ ਦੋਸਤਾਂ ਚੈੱਕ ਕਰਨਾ। ਅਵਾਨ ਸਾਹਿਬ ਕਿੰਨਾ ਬੋਲਿਆ ਇਹਦੇ ਕੋਲ? ਇਹਦੇ ਕੋਲ ਸਰ ਜਿਆਦਾ ਮੁਕਾ ਬੋਲਾ 14 ਕਿਲੋ ਜੀ ਬਾਈ। ਲੈ ਆਓ ਜੀ, ਇਹ ਜਿਹੜਾ ਦੱਸ ਦਿਓ ਵੀ ਤੁਸੀਂ ਟੋਟਲ ਜਾਂ ਚੁਆਈ ਚੁਆਈ? ਇੱਕ ਥਾਣਾ ਬੱਚਨ ਦੇ ਕੇ ਠੀਕ ਹੈ, ਯਾਨੀ ਕਿ ਤੁਸੀਂ ਇਹ ਜਿਹੜਾ ਦੁੱਧ ਜਾਂ ਬੋਲਾ ਦੱਸੋਗੇ? ਬੋਲਾ 16 ਕਿਲੋ, ਲੇਕਿਨ ਅਸੀਂ 14 ਕਿਲੋ ਦੱਸਾਂਗੇ। ਠੀਕ ਹੈ, ਜ਼ਿੰਦਾਬਾਦ। ਯਾਨੀ ਕਿ ਚੁਆਈ ਚੁਆਈ ਦਾ ਜਿਹੜਾ ਵੇ ਤਿੰਨਾਂ ਥਾਣਾ ਦਾ, ਦੋਵਾਂ ਟਾਈਮਾਂ ਦਾ 14 ਕਿਲੋ ਇੱਕ ਥਾਣ ਜਾਣ ਨੂੰ ਪਲਾ ਕੇ ਭਾਈ ਜਾਤ ਲੈ ਆਵੋ, ਜਾ ਕੀ ਪਿੱਛੇ ਦੇ ਕੱਟੀ ਤੇ ਸਰ ਜੀ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ, ਨਾੜੂ ਸਾਹਮਣੇ ਨਜ਼ਰ ਭਾਈ ਤੇ ਕੱਟੀ ਮਾਸ਼ਾਅੱਲਾ ਵੇਖੋ, ਉਂਝ ਇਹ ਲੱਗਦਾ ਦੋਵਾਂ ਅੱਖਾਂ ਤੇ ਜਿਹੜਾ ਨਾ ਘੜੇ ਵਾਲੀ ਜੀ, ਇਹ ਸਾਹਮਣੇ ਕਰੋ ਹਾਂ ਦਾ ਚਿਹਰਾ ਮਾਸ਼ਾਅੱਲਾ ਜੀ, ਚਿਹਰੇ ਦੀ ਖੂਬਸੂਰਤੀ ਵੀ ਅੱਛੀ ਹੈ ਪਿੱਛੇ ਦੇ ਕੱਟੀ ਤੇ ਨਾੜੂ ਸਾਹਮਣੇ ਨਜ਼ਰ ਤਿਆਰ ਕਰਦੇ ਮਾਲ ਮਾਸ਼ਾਅੱਲਾ, ਉਹ ਟੀਕੇ ਲੱਗੇ ਨੇ ਮੱਝ ਨੂੰ। ਠੀਕ ਹੈ, ਲੋਏ ਦੋਸਤੋ ਥਣ ਵੀ ਚੈੱਕ ਕਰਨੇ ਨੇ ਜੀ, ਇਹ ਜਿਹੜਾ ਬੋਲਿਆ ਦੋਵਾਂ ਟਾਈਮਾਂ ਦਾ ਟੋਟਲ ਇਹ ਚੁਆਈ ਚੁਆਈ ਦਾ ਅਲਹਮਦੁਲਿਲਾ ਸਾਰ ਤੋਂ ਲੈ ਕੇ ਤੇ ਧੁਨੀ ਤੇ ਮਾਸ਼ਾਅੱਲਾ ਝੋਟੀ ਬਣੀ ਹੈ। ਕੀ ਹਾਲ ਜੀ? ਆ ਜਾਨਵਰ ਮਾਸ਼ਾਅੱਲਾ ਜੀ ਸਾਰੇ ਸ਼ੋਕੇ ਨੇ ਭਾਈ, ਇੱਕ ਚੱਕਰ ਲਵਾ ਕੇ ਲਿਆ ਫਿਰ ਉਹਨਾਂ ਇਹ ਜਿਸਮ ਤੇ ਪਸ਼ਮ ਵੀ ਚੈੱਕ ਕਰਨੀ ਹੈ। ਸੂਆ ਦੂਸਰਾ ਸੂਈ ਹੈ, 3 ਕੁ ਦਿਨ ਹੋ ਗਏ ਨੇ। ਇਹ ਜਿਹੜਾ ਚੁਆਈ ਚੁਆਈ ਦਾ ਬੋਲਾ ਵੇ ਤਿੰਨਾਂ ਥਾਣਾ ਦਾ 14 ਕਿਲੋ ਇੱਕ ਥਣ ਕੱਟੀ ਨੂੰ ਪਲਾ ਕੇ ਪਿੱਛੇ ਤੇ ਕੱਟੀ ਹੈ ਮਾਸ਼ਾਅੱਲਾ ਜੀ। ਲਬਾਸ ਦੋਸਤਾਂ ਵੇਖਣਾ ਤੇ ਥਣ ਪਾਵਰਫੁੱਲ ਨੇ ਭਾਈ, ਇਹਦਾ ਚਿਹਰਾ ਵੀ ਸਾਹਮਣੇ ਕਰਿਓ ਜੀ। ਅੱਛਾ ਸਿੱਧੀ ਕਰੋ ਜ਼ਰਾ ਕੈਮਰੇ 'ਚ ਮੁਕੰਮਲ ਨਜ਼ਰ ਆਏ। ਲੋਏ ਦੋਸਤੋ, ਸਿੰਘ ਫਰਾਜ਼ ਭਾਈ ਵੇਖੋ ਮਾਸ਼ਾਅੱਲਾ ਦੋ ਉਂਗਲਾਂ ਥਲੇ ਛੁੱਪ ਜਾਂਦੇ ਨੇ ਇਹਦੇ, ਐਵੇਂ ਛੋਟੀਆਂ ਛੋਟੀਆਂ ਨਿੱਕੀ ਨਿੱਕੀ ਸਿੰਗੀ ਅਲਹਮਦੁਲਿਲਾ ਜਿਹਨੂੰ ਆਖੀਦਾ। ਤੇ ਬਾਕੀ ਅਲਹਮਦੁਲਿਲਾ ਵੇਖੋ ਹਰ ਭਰਾ ਅਲਹਮਦੁਲਿਲਾ ਸਿਆਣਾ, ਜਿਹਨੇ ਲੈਣੀ ਹੈ ਉਹ ਅਲਹਮਦੁਲਿਲਾ ਸਾਡੇ ਦਾ ਬਹੁਤੇ ਸਿਆਣੇ। ਬਿਲਕੁਲ ਜੀ ਬਾਈ, ਲੈ ਚਲੋ ਜੀ, ਅਸਾਂ ਇੱਕ ਵਾਰੀ ਸਿਰਫ ਵੀਡੀਓ 'ਚ ਚਾਰ ਛੱਡਣੀ ਹੈ ਤੇ ਜਿਹੜੇ ਭੈਣ ਭਰਾ ਲੈਣੀ ਹੈ ਨਾ ਖਲਾਰ ਭਾਈ 10-10 ਵਾਰੀ ਅੱਗੇ ਪਿੱਛੇ ਵੀਡੀਓ ਕਰਕੇ ਵੇਖਣੀ ਹੈ। ਬਿਲਕੁਲ ਜੀ, ਤਸੱਲੀ ਕਰਕੇ ਜੀ। ਹਾਂ ਬਿਲਕੁਲ ਠੀਕ ਖਲਾਰੇ ਜੀ, ਧੁਨੀ ਵੀ ਦੋਸਤਾਂ ਚੈੱਕ ਕਰਾਈਏ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਧੁਨੀ ਵੀ ਦੋਸਤਾਂ ਵੇਖ ਲੈਣੀ, ਸੂਆ ਦੂਸਰਾ ਸੂਈ, ਲਬਾਸ ਚੰਗਾ ਕੀਤਾ ਤੇ 3 ਕੁ ਦਿਨ ਹੋ ਗਏ ਨੇ ਫਿਲਹਾਲ ਬੋਲੇ ਤੇ। ਜੀ ਅਵਾਨ ਸਾਹਿਬ, ਇਹ ਝੋਟੀ ਨੰਬਰ 1 ਦਾ ਰੇਟ ਭਾਈ, ਕੋਈ ਨੰਬਰ 2 ਵਾਲੀ ਲੈਵੋ? ਝੋਟੀ ਦੇ ਸਰ ਜੀ 5 ਦੀ ਹੈ, ਲੇਕਿਨ ਜਿਹੜਾ ਕੋ ਭਰਾ ਹੈ ਅਗਰ 4.5 ਰੱਖਦੇ ਝੋਟੀ ਦੇਵਾਂਗੇ 4,50,000 ਦੀ। ਠੀਕ ਹੈ ਲੋਏ ਦੋਸਤੋ, ਇਹ ਜਾਨਵਰ ਯਾਨੀ ਕਿ ਸਮਝ ਲਓ ਬ੍ਰਾਂਡ ਹੀ ਹੈ, ਇਹਦੇ 'ਚ ਕੋਈ ਕਮੀ ਬੇਸ਼ੀ ਇਨਸ਼ਾਅੱਲਾ ਨਹੀਂ ਹੋਏਗੀ। ਇਨਸ਼ਾਅੱਲਾ ਲਾਜ਼ਮ ਹੈ ਕਿ ਜਿਹੜਾ ਕੋ ਭੈਣ ਭਰਾ ਹੈ, ਜਿਹੜਾ ਤੁਸੀਂ ਰੇਟ ਦੱਸਦੇ ਉਹਦੇ 'ਚ ਕਮੀ ਬੇਸ਼ੀ ਹੋਏਗੀ, ਉਹਨਾਂ ਜਿਹੜੀ ਗੱਲਬਾਤ ਕੀਤੀ ਇਨਸ਼ਾਅੱਲਾ ਉਹ 2 ਦੀ ਪੁਆਇੰਟ ਪਿਆਰ ਮੁਹੱਬਤ ਫਰਾਜ਼ ਭਾਈ ਵੇਖੋ ਅਲਹਮਦੁਲਿਲਾ ਕਰਾਂਗੇ, ਲੇਕਿਨ ਬਹੁਤਾ ਨਹੀਂ, ਬਿਲਕੁਲ 10,000-20,000 ਦੇ ਫਰਕ ਹੋਣਾ ਹੈ। ਉਹਨੇ ਕੋ ਭੈਣ ਭਰਾ ਕੇ ਨਾ ਸਾਨੂੰ ਕਿਉਂ ਹੋਣਾ, ਮੇਰੇ ਅੰਦਰ 50-60 ਟਾਲਾ ਉਹ ਗੱਲ ਕੋਈ ਨਹੀਂ ਸਰ, ਉਹ ਰੇਟ ਪਹਿਲੇ ਹੀ ਡੋਨ ਕਰਵਾ ਲਏ ਨੇ ਸਰ ਜੀ, ਹੁੰਦੇ ਨੇ ਫੈਨ ਤੁਹਾਨੂੰ ਅਲਹਮਦੁਲਿਲਾ ਗਾ ਸੁਣਾ, ਤੁਸੀਂ ਆਪ ਮਾਸ਼ਾਅੱਲਾ ਸਿਆਣੇ ਇੰਜ ਦੇ ਡੰਗਰਾਂ ਦਾ ਲੋਕੀ 5-5 ਲੱਖ ਰੁਪਇਆ ਮੁੱਲ ਕਰਾਉਂਦੇ, 6-6 ਲੱਖ ਜੀ ਜੀ, ਕੀ ਹਾਲ ਜੇ?
ਬਾਕੀ ਅਲਹਮਦੁਲਿਲਾਹ ਉਹ ਰੇਟ ਕਹਿੰਦਾ ਜਿਹੜਾ ਅੱਲਾ ਹਰ ਕਹਿੰਦਾ ਭੈਣ ਭਰਾ ਕੇ ਆਇਆ ਤੇ ਇਨਸ਼ਾਅੱਲਾ ਡੰਗਰ ਲੈ ਕੇ ਜਾਏ। ਠੀਕ ਹੈ ਸਰ ਲੈ ਚਲੋ ਜੀ, ਇਹ ਨੰਬਰ ਇੱਕ ਤੇ ਚੈੱਕ ਕਰਾਈਏ, ਕੀਮਤ ਡਿਮਾਂਡ 4,50,000 ਝੋਟੀ ਨੰਬਰ ਇੱਕ ਸੀ, ਸੁਆ ਦੂਸਰਾ ਸੋਈ ਹੈ। ਅੱਗੇ ਭਾਈ ਲੈ ਆਵੋ ਜੀ ਨੰਬਰ 2 ਤੇ, ਲਓ ਜੀ ਦੋਸਤੋ ਆ ਚੈੱਕ ਕਰੋ ਮਾਸ਼ਾਅੱਲਾ ਜੀ, ਕੱਦ ਵੀ ਚੰਗਾ, ਲਾਂ ਵੀ ਦੋਸਤਾਂ ਵੇਖ ਲੈਣੀ ਹੈ ਜੀ, ਵੱਡੀ ਜੀ ਸਾਮਤ ਵਾਲਾ ਜਾਨਵਰ ਹੈ। ਸਾਮਤ ਵੀ ਵੱਡੀ ਹੈ, ਲਾਮ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ, ਤੇ ਸੁਆ ਦੂਸਰਾ ਦੱਸ ਦਿਓ ਭਾਈ ਜੀ, ਕਿਦਨ ਦੀ ਸੂਈ ਹੈ ਵਾਨ ਸਾਹਿਬ? ਇਹ ਸਾਡੇ ਸੂਈ ਨੂੰ ਦਿਹਾੜੇ ਹੋ ਗਏ ਨੇ 6 ਕੁ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ। ਕਿੰਨਾ ਕੁ ਦੁੱਧ ਹੈ ਤੇਰੇ ਕੋਲ? ਦੁੱਧ ਸਰ ਜੀ ਹਾਜ਼ਰ ਮੋਕਾ ਮਾਸ਼ਾਅੱਲਾ ਕੋ ਦੁੱਧ 20 ਕਿਲੋ। ਇਹ 20 ਕਿਲੋ ਚੁਆਈ ਚੁਆਈ ਦਾ? ਚੁਆਈ ਚੁਆਈ ਦਾ, ਕਥਾਣ ਬੱਚੇ ਨੂੰ ਦੇਖ ਕੇ ਖਲਾ। ਇਹ ਹੁਣ 18 ਕਿਲੋ ਦੀ ਗਰੰਟੀ ਹੋਏਗੀ ਫਿਰ? ਅੱਲਾ ਦਾ ਕੋ ਨਾ ਪੱਕੀ। ਭਾਈ ਲੈ ਆਓ ਜੀ, ਸੁਆ ਦੂਸਰਾ 6 ਕੁ ਦਿਨ ਹੋ ਗਏ ਨੇ ਜੀ, ਇਹ ਜਿਹੜਾ ਚੁਆਈ ਚੁਆਈ ਦਾ 20 ਕਿਲੋ, ਲੇਕਿਨ 18 ਕਿਲੋ ਦੀ ਗਰੰਟੀ ਹੈ। ਲਾਂ ਵੀ ਦੋਸਤਾਂ ਵੇਖਣੀ ਹੈ, ਵੱਡੀ ਜਿਸਾ ਮਤਲਬ ਜਾਨਵਰ ਹੈ, ਜਾ ਕੀ ਪਿੱਛੇ ਦੇ? ਜਾ ਪਿੱਛੇ ਕੱਟੀ ਦੇ ਸਰ, ਪਿੱਛੇ ਦੇ ਵੀ ਕੱਟੀ ਮਾਸ਼ਾਅੱਲਾ ਜੀ, ਦੋਸਤਾਂ ਨੂੰ ਵੀ ਚੈੱਕ ਕਰਾ ਦੇ ਲੈ ਪੁੱਤਰ। ਭਾਈ ਜਾ ਤੇ ਲਾਈਓ ਸੁ, ਇਹ ਕੱਟੀ ਦੇ ਸਰ ਜੀ। ਲੋ ਜੀ ਦੋਸਤੋ, ਇਹ ਪਿੱਛੇ ਦੇ ਕੱਟੀ ਹੈ, ਜਾ ਵੀ ਦੋਸਤਾਂ ਵੇਖ ਲੈਣਾ, ਤੇ ਲਾਂ ਵੀ ਚੈੱਕ ਕਰਨੀ ਹੈ ਮਾਸ਼ਾਅੱਲਾ ਜੀ। ਸਾਰੀਆਂ ਝੋਟੀਆਂ ਦੀ ਲਾਂ ਵੀ ਇਹੋ ਜਿਹੀ ਨਹੀਂ ਹੁੰਦੀ, ਵੱਡੀ ਜਿਸਾਮਤ ਤੇ ਚਿਹਰਾ ਵੀ ਦੋਸਤਾਂ ਵੇਖ ਲੈਣਾ, ਸਿੰਗਾਂ ਦੀ ਜ਼ਰਾ ਸਾਦੀ ਹੈ, ਦੋ ਅੱਖਾਂ ਦੀ ਰੰਗਤ ਵੀ ਸੇਮ ਹੈ ਭਾਈ। ਆ ਝੋਟੀ ਨੂੰ ਮਾਸ਼ਾਅੱਲਾ ਹੀ ਪਿਛਲੇ ਸੂਏ ਦੇ ਵੀ ਜਾਣਦੇ ਆ, ਠੀਕ ਹੈ, ਪਹਿਲੇ ਸੂਏ ਵੀ ਜੀ ਜੀ, ਤੇ ਐਜ ਕੇ ਅਲਹਮਦੁਲਿਲਾ ਦੂਸਰਾ ਸੂਆ ਹੈ। ਅੱਲਾ ਬਾਦ ਹੁਕਮ ਨਾਲ ਇਨਸ਼ਾਅੱਲਾ, ਸਾਨੂੰ ਉਮੀਦ ਹੈ ਰੱਬ ਦੇ ਘਰ ਦੇ ਕਹਿਣ ਨਾਲ 24-25 ਸਿਰ ਦੁੱਧ ਅਲਹਮਦੁਲਿਲਾ ਰਮਾਨ ਨਾਲ ਕਰਨਾ ਹੈ ਇਨਸ਼ਾਅੱਲਾ। ਪਿਛਲੇ ਸੂਏ ਬਟਨ ਵੀ ਦੋਸਤਾਂ ਨੀਲੀ ਦੇ ਵੇਖ ਲੈਣੇ, ਪਹਿਲਣ ਝੋਟੀ ਹੋ ਕੇ ਤੇ ਅਲਹਮਦੁਲਿਲਾ 15-17 ਕਿਲੋ ਦੁੱਧ ਇਹਨੇ ਕੀਤਾ ਹੈ ਪਹਿਲਣ ਨੇ, ਪਹਿਲਣ ਨੇ ਐਤਕੀ ਇਨਸ਼ਾਅੱਲਾ ਰੱਬ ਨੇ ਜੋ ਮਨਜ਼ੂਰ ਹੋਇਆ ਤੇ ਇਨਸ਼ਾਅੱਲਾ ਐਤਕੀ 24 ਤੋਂ ਉੱਤੇ ਹੀ ਜਾਣਾ ਸੋ ਇਨਸ਼ਾਅੱਲਾ। ਹੁਣ ਇਸ ਟਾਈਮ ਜਦੋਂ ਦੇ ਕੋਲ ਜਿਹੜੇ ਕਿ ਅਸੀਂ ਝੋੜੇ ਕੋ ਚੋਣ ਦੇ ਆ ਨਾ ਜੀ ਜੀ, ਬਾਈਆਂ ਤੋਂ ਮਾਸ਼ਾ ਉੱਤੇ ਵੀ, ਲੇਕਿਨ ਅਸੀਂ ਭਰਾ ਹੁਣ ਫਿਰ ਵੀ 18 ਸੇਰੀ ਦੱਸਣਾ ਜ਼ਿੰਦਾਬਾਦ। ਜਿਹੜਾ ਅਲਹਮਦੁਲਿਲਾ ਕੋਈ ਆਏ ਤੇ 2 ਦਿਨ ਵੀ ਰਹੇ ਤੇ ਅੱਲਾ ਪਾ ਦੇ ਕਹਿੰਦਾ 2-4 ਸਿਰ ਉੱਤੇ ਹੀ ਚੋ ਕੇ ਖੜੇ ਆ। ਬਿਲਕੁਲ ਸਰ, ਅੱਛੀ ਗੱਲ ਹੈ ਜੀ, ਯਾਨੀ ਕਿ ਦੋਸਤ ਇਤਮਾਦ ਕਰਦੇ ਨੇ। ਝੋਟੀ ਨੰਬਰ 2 ਵੀ ਸੁਆ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ, 6 ਦਿਨ ਹੋ ਗਏ ਨੇ, ਪਿੱਛੇ ਦੇ ਕੱਟੀਏ ਦੋਸਤਾਂ ਨੂੰ ਵੀ ਚੈੱਕ ਕਰਾ ਦਿੱਤੀ ਜੀ। ਆਵਾਂ ਸਾਡੀਆਂ ਝੋਟੀਆਂ ਦਾ ਵੇਖੋ ਫਰਾਲ ਭਾਈ, ਇਹਨੇ ਮੁੱਲ ਕਰੀਏ ਨਾ ਤੇ ਇਹਨਾਂ ਦਾ ਮੁੱਲ ਕੋ ਨਹੀਂ, ਕੀ ਖਿਆਲ ਜੇ ਜੀ ਜੀ? ਬਾਕੀ ਫਿਰ ਕਿਸੇ ਸਾਡੇ ਭਰਾ ਨੂੰ ਪਤਾ ਆਪਣਾ ਪਸੰਦ ਆਈ ਤੇ ਇਨਸ਼ਾਅੱਲਾ 4,80,000 ਦੀ ਇਨਸ਼ਾਅੱਲਾ ਝੋਟੀ ਦਾਂਗੇ ਅਸੀਂ। 4,80,000 ਦੀ ਇਨਸ਼ਾਅੱਲਾ ਫੁੱਲ ਫਾਈਨਲ ਦੀ ਗੱਲ ਹੋਣੀ ਹੈ ਜੇ ਪਿਆਰ ਮੁਹੱਬਤ ਕੋ ਨਹੀਂ ਹੋਣਾ। ਚਲੋ ਮਾਮੂਲੀ ਜਿਹਾ ਕਰ ਲਿਓ, ਕਰ ਲਾਂਗੇ ਇਨਸ਼ਾਅੱਲਾ ਜੀ ਤੁਸੀਂ ਬੋਲੇ। ਠੀਕ ਹਾਂਜੀ, ਲੋਏ ਦੋਸਤੋ ਝੋਟੀ ਨੰਬਰ 2 ਅੱਗੇ ਮਾਸ਼ਾ ਵੇਖ ਲਓ, ਮਨਾਸਬ ਰੇਟ ਕਾਛ ਲਿਆ, ਹੋਰ ਕਿਸੇ ਭੈਣ ਭਰਾ ਕੋਲ ਹੁੰਦੀ ਤੇ ਯਕੀਨ ਉਹਨਾਂ ਮੋਲੀ ਨਹੀਂ ਪਾਣਾ ਨਾ ਡੰਗਰਾਂ ਦਾ। ਵਪਾਰਿਕ ਫੋਨ ਕਰੇਗਾ ਵੀ ਸਰ, ਅੱਛੀ ਗੱਲ ਹੈ, ਤੁਹਾਡੀ ਚੀਜ਼ ਅੱਛੀ ਹੈ, ਰੇਟ ਦੱਸਣਾ ਚਾਹੀਦਾ, ਰੇਟ ਜ਼ਰੂਰ ਦੱਸਣਾ ਚਾਹੀਦਾ ਹੁਣ ਡੰਗਰ ਦਾ, ਤਕਰੀਬਨ ਕੋਸ਼ਿਸ਼ ਕਰਨੀ ਚਾਹੀਦੀ ਹੈ। ਜ਼ਿੰਦਾਬਾਦ ਅਵਾਨ ਸਾਹਿਬ, ਅੱਛਾ ਸ਼ੁਕਰ ਹੈ, ਮਜ਼ੀਦ ਕੋਈ ਦੋਸਤਾਂ ਵਾਸਤੇ ਬਾਕੀ ਵੇਖੋ ਫਰਾਦ ਭਾਈ, ਕਿਸੇ ਨੇ ਜੋ ਪਾਣਾ ਉਹ ਹੀ ਲੈਣਾ, ਕੀ ਖਿਆਲ ਜੇ? ਬਿਲਕੁਲ ਜੀ, ਤੇ ਕੋਸ਼ਿਸ਼ ਕਰੋ ਅਲਹਮਦੁਲਿਲਾ ਚੰਗਾ ਸ਼ੋਅ ਕਰੋ ਤੇ ਅਗਾਂ ਵੀ ਕਿਸੇ ਭੈਣ ਭਰਾ ਨੂੰ ਅਲਹਮਦੁਲਿਲਾ ਸੱਚੀ ਸਿੱਧੀ ਸਾਫ਼ ਸੁਥਰੀ ਗੱਲ ਦੱਸੋ, ਜਿਹੜਾ ਕੋਈ ਅੱਗੇ ਵੀ ਜਾ ਕੇ ਭੈਣ ਭਰਾ ਫਿਰ ਮਾਸ਼ਾਅੱਲਾ ਪਰਤ ਕੇ ਆਖੇ ਕਿ ਨਹੀਂ ਯਾਰ ਵਾਕਈ ਬੰਦੇ ਨੇ ਡੰਗਰ ਵੀ ਦਿੱਤਾ, ਅਲਹਮਦੁਲਿਲਾ ਕਦਰੀਆ ਵੀ ਕੀਤੀ ਹੈ ਜੀ ਜੀ। ਵੇਖੋ ਬਾਕੀ ਇਹ ਦੁਨੀਆਦਾਰੀ ਦੇ ਮਾਮਲਾ ਨੇ ਇਹਦੇ ਇੰਜ ਚੱਲਦੇ ਰਹਿਣੇ ਨੇ, ਅੰਦਰ ਬੰਦਿਆਂ ਨੂੰ ਬੰਦਿਆਂ ਨਾਲ ਠੀਕ ਚੱਲਣਾ ਚਾਹੀਦਾ ਕੋਸ਼ਿਸ਼ ਕਰ। ਜ਼ਿੰਦਾਬਾਦ ਜੀ ਅਵਾਨ ਸਾਹਿਬ, ਬਹੁਤ ਸ਼ੁਕਰੀਆ ਮਾਸ਼ਾਅੱਲਾ ਜੀ, ਅੱਛਾ ਸ਼ੁਕਰ ਆਇਆ, ਜਾਨਵਰ ਅੱਛੇ ਸਨ, ਮਿਹਰਬਾਨੀ ਸ਼ੁਕਰੀਆ ਸਾਨੂੰ। ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ, ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਹੈ। ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।